भी देख रहे सारे दर्शकों नूं साडे वल्लों बहुत प्यार दे नाल जय गुरदेव ते गुड ईवनिंग जी। असी महक पंजाब जी दे विच असी नवें साल दे विच आ बैठे हाँ। हो सकदा तुसीं भी सारे भैण भरा अपने घरां दे विच तंदुरुस्त ठीक ठाक बैठे होवोगे ते अपना चाह पानी चल रहा होवेगा ते बाकी असीं सारयां नूं नवें साल की बहुत बहुत बधाई दिंदे हाँ। साडा भी पहला प्रोग्राम आ तां तुसीं प्रोग्राम दे विच जरूर हिस्सा लैणा ते अपना दसना सारयां ने नवां साल तुसीं किद्दां मनाया तां किद्दां सारे तंदुरुस्त उसके अपने घर तो असी तो परमात्मा अगे ही अरदास करते हैं कि सारे अपने घर तंदुरुस्त रहन। नवा साल जिदा चढ़िया इदा खुशियां चढ़िया इदा सारा साल इदा हसते खेलते रहिए तो इदा ही आप सारे हस हस के मिलिए तो अपने घर तंदुरुस्त रहिए। तो बाकी तुसी देख लो क्रिसमस भी लंघ गई है तो नवा साल भी लंघ गया आ हुण आ जानी आ लोहड़ी तो फिर बाद च आ जाऊगा गुरपुरब अपने खुशी के दिन इदा टाइम आई जाना तो तुसी सारे रल मिल के ਆਪਾਂ ਇਹਨੂੰ ਕੰਛੀ ਟੀ ਵੀ ਨੂੰ ਵੀ ਸਪੋਰਟ ਕਰਨੀ ਤਾਂ ਆਪਾਂ ਰਲ ਮਿਲ ਕੇ ਇੱਦਾਂ ਹੀ ਪ੍ਰੋਗਰਾਮ ਕਰਦੇ ਰਹਿਣਾ ਅਤੇ ਬਾਕੀ ਸਾਰਿਆਂ ਨੂੰ ਅਸੀਂ ਦੁਬਾਰਾ ਫਿਰ ਮੈਂ ਕਹਿੰਦੀ ਹਾਂ ਮੇਰੇ ਵੱਲੋਂ ਦੂਰ ਨੇੜੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਕੰਛੀ ਟੀ ਵੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ। ਹਾਂਜੀ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਫਿਰ ਆਪਾਂ ਕਾਲ ਲੈਂਦੇ ਹਾਂ ਜੀ। ਦੋਸਤੋ ਆਪ ਸਭ ਨੂੰ ਜੈ ਗੁਰਦੇਵ ਜੀ ਜੀ ਅਤੇ ਗੁੱਡ ਈਵਨਿੰਗ ਐਂਡ ਸਤਿ ਸ਼੍ਰੀ ਅਕਾਲ ਵੀ। ਅੱਜ 3 ਜਨਵਰੀ 2022 ਇਸ ਮਹੀਨੇ ਦਾ ਨਵੇਂ ਸਾਲ ਦਾ ਪਹਿਲਾ ਹਫ਼ਤਾ ਔਰ ਪਹਿਲਾ ਹੀ ਸਾਡਾ ਪ੍ਰੋਗਰਾਮ। ਨਵੇਂ ਸਾਲ ਦੀਆਂ ਆਪ ਸਭ ਨੂੰ ਵਧਾਈਆਂ, ਸਾਰਿਆਂ ਲਈ ਵਧੀਆ ਹੋਵੇ ਜੀ ਜੀ। ਸੋਮਵਾਰ ਹੈ ਔਰ ਸ਼ਾਮ ਦੇ 6 ਵੀ ਵੱਜ ਚੁੱਕੇ ਹਨ ਜੀ। ਔਰ ਮੈਂ ਬਲਬੀਰ ਸਿੰਘ ਰਾਏ ਔਰ ਮੇਰੇ ਨਾਲ ਰਾਣੀ ਰਾਏ ਸਾਹਿਬਾਂ ਪ੍ਰੋਗਰਾਮ ਅਸੀਂ ਪੇਸ਼ ਕਰਾਂਗੇ ਤੁਹਾਡੇ ਲਈ ਕਾਂਛੀ ਟੀ ਵੀ ਮਾਧਿਅਮ ਤੋਂ। ਔਰ ਉਮੀਦ ਕਰਦੇ ਹਾਂ ਕਿ ਸਾਡੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸੋਹਣੀਆਂ ਹੋਣ ਔਰ ਆਪਾਂ ਸਾਰਿਆਂ ਨੇ ਸਾਰੀਆਂ ਗੱਲਾਂ ਦਾ ਧਿਆਨ ਵੀ ਰੱਖਣਾ, ਗੌਰਮੈਂਟ ਦੀਆਂ ਹਦਾਇਤਾਂ ਦਾ ਵੀ ਧਿਆਨ ਰੱਖਣਾ ਜੀ। ਅਤੇ ਇਸ ਤੋਂ ਬਾਅਦ ਹੁਣ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਸਾਰੀ, ਵੀ ਕਾਲ ਵੀ ਲਵਾਂਗੇ ਜੇ ਇਸ ਭੈਣ ਭਰਾ ਨੇ ਕਾਲ ਕਰਨੀ ਉਹ ਕਾਲ ਕਰ ਸਕਦਾ, ਕੋਈ ਗੱਲਬਾਤ ਕਰ ਸਕਦਾ, ਨਵੀਆਂ ਤਾਜ਼ੀਆਂ ਕੋਈ ਗੱਲਾਂ ਬਾਤਾਂ ਕਰ ਸਕਦਾ। ਜੇ ਤੁਸੀਂ ਮੈਨੂੰ ਕਹੋਗੇ ਵਿੱਚ ਵਿੱਚ ਗੱਲਾਂ ਕਰ ਲਈ ਮੈਂ ਵਿੱਚ ਵਿੱਚ ਕਰੂੰਗਾ, ਜੇ ਮੈਨੂੰ ਕਹੋਗੇ ਵੀ ਜ਼ਿਆਦਾ ਬਿਜ਼ੀ ਹੈ ਤਾਂ ਅਖੀਰ 'ਤੇ ਕਰਿਓ ਤਾਂ ਮੈਂ ਸਟੋਪ ਹੋ ਜਾਊਂਗਾ ਜੀ। ਅਤੇ ਇਸ ਕਰਕੇ ਬਹੁਤ ਸਾਰੇ ਸਾਡੇ ਕਾਲਰ ਆ ਜਿਹੜੇ ਉਹ ਸਾਡੀ ਪ੍ਰੇਜ਼ ਵੀ ਕਰਦੇ ਆ, ਜਿਹਨਾਂ ਵਿੱਚ ਇਸ਼ਫਾਕ ਸਾਹਿਬ ਸਾਬਾ ਸਾਹਿਬ ਜਿਹੜੇ ਆ ਉਹ ਕਾਫੀ ਪ੍ਰੋਗਰਾਮਾਂ ਦੇ ਵਿੱਚ ਸਾਡੇ ਨਾਂ ਵੀ ਲੈਂਦੇ ਰਹਿੰਦੇ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਵੀ ਉਹਨਾਂ ਨੂੰ ਸਾਡੀਆਂ ਗੱਲਾਂ ਬਾਤਾਂ ਜਾਂ ਉਹਨਾਂ ਦੀਆਂ ਸਾਨੂੰ ਚੰਗੀਆਂ ਲੱਗਦੀਆਂ। ਹਾਂਜੀ ਸਾਨੂੰ ਪਿਆਰ ਕਰਦੇ, ਅਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਤਾਂ ਹੋਰ ਵੀ ਬੜੇ ਸਾਡੇ ਵੀਰ ਹੈਗੇ ਆ ਔਰ ਜਿਹੜੇ ਆਪਣੇ ਵਧੀਆ ਵਧੀਆ ਵਿਚਾਰਾਂ ਨਾਲ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਆ। ਹਾਂਜੀ ਸੋ ਮੈਨੂੰ ਲੱਗਦਾ ਕਾਲ ਆਈ ਹੈਗੀ। ਹਾਂਜੀ ਆਪਾਂ ਕਾਲ ਲੈ ਲਈਏ ਪਹਿਲਾਂ। ਹੈਲੋ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਜੈ ਗੁਰਦੇਵ ਜੀ। ਸਤਿ ਸ਼੍ਰੀ ਅਕਾਲ ਜੀ, ਜੈ ਗੁਰਦੇਵ ਜੀ। ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਹਾਂ ਤਰਲੋਚਨ ਸਿੰਘ ਹੰਸੋ ਤੋਂ ਬੋਲ ਰਿਹਾ, ਲੰਡਨ ਤੋਂ। ਤਰਲੋਚਨ ਸਿੰਘ ਜੀ, ਹਾਂਜੀ ਠੀਕ ਹੈ ਜੀ, ਕੀ ਕਹਿਣਾ ਚਾਹੁੰਦੇ ਵੀਰ ਜੀ? ਚਲੋ ਤਾਂ ਨਵੇਂ ਸਾਲ ਦੀ ਆਪ ਨੂੰ ਤਾਂ ਆਪਣੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਆਪ ਜੀ ਨੂੰ ਵੀ ਤੇ 2-4 ਲਾਈਨਾਂ ਆਈਆਂ ਨਵੇਂ ਸਾਲ ਦੇ ਉੱਤੇ ਹੀ ਜੀ। ਕਹਿੰਦੇ ਹਰ ਘਰ ਅੰਦਰ ਨਵੇਂ ਸਾਲ ਅੰਦਰ ਜੀ, ਹਰ ਘਰ ਅੰਦਰ ਨਵੇਂ ਸਾਲ ਦੇ ਅੰਦਰ ਦੀਵਾ ਪਿਆਰ ਵਾਲਾ ਸਦਾ ਜਗਦਾ ਰਹੇ ਜੀ, ਦੀਵਾ ਪਿਆਰ ਵਾਲਾ ਸਦਾ ਜਗਦਾ ਰਹੇ ਜੀ, ਤੇ ਗਲੀ ਗਲੀ ਵਿੱਚ ਅਮਨ ਦਾ ਰਾਜ ਹੋਵੇ, ਗਲੀ ਗਲੀ ਵਿੱਚ ਅਮਨ ਦਾ ਰਾਜ ਹੋਵੇ, ਚੁੱਲ੍ਹਾ ਖੈਰ ਦਾ ਘਰ ਘਰ ਮਗਦਾ ਰਹੇ ਜੀ, ਗਲੀ ਗਲੀ ਵਿੱਚ ਅਮਨ ਦਾ ਰਾਜ ਹੋਵੇ, ਚੁੱਲ੍ਹਾ ਖੈਰ ਵਾਲਾ ਘਰ ਘਰ ਮਗਦਾ ਰਹੇ, ਫੁੱਲਾਂ ਵਾਂਗ ਖਿੜੇ ਰਹੇ ਪਰਿਵਾਰ ਸਬਦਾ, ਫੁੱਲਾਂ ਵਾਂਗ ਖਿੜਿਆ ਰਹੇ ਪਰਿਵਾਰ ਸਬਦਾ, ਦੀਪਕ ਖੁਸ਼ੀ ਦਾ ਹਮੇਸ਼ਾ ਹੀ ਜਗਦਾ ਰਹੇ ਜੀ, ਦੀਪਕ ਖੁਸ਼ੀ ਦਾ ਹਮੇਸ਼ਾ ਹੀ ਜਗਦਾ ਰਹੇ, ਸੰਕਟ ਕਰੋਨਾ ਨੇ ਜੋ ਪਾਇਆ ਸੰਸਾਰ ਅੰਦਰ ਜੀ, ਸੰਕਟ ਕਰੋਨਾ ਨੇ ਜੋ ਪਾਇਆ ਸੰਸਾਰ ਅੰਦਰ, ਦਾਤਾ ਜਲਦੀ ਇਸ ਨੂੰ ਦੂਰ ਕਰੇ, ਵੈਕਸੀਨ ਬਣ ਗਈ ਹੈ ਜੋ ਇਸੇ ਇਲਾਜ ਖਾਤਰ ਜੀ, ਵੈਕਸੀਨ ਬਣ ਗਈ ਹੈ ਜੋ ਇਸੇ ਇਲਾਜ ਖਾਤਰ, ਸੰਤਾਪ ਲੋਕਾਂ ਦਾ ਜਲਦ ਹੀ ਦੂਰ ਕਰੇ, ਸੰਤਾਪ ਲੋਕਾਂ ਦਾ ਜਲਦ ਹੀ ਦੂਰ ਕਰੇ ਜੀ। ਪਤਾ ਹੀ ਲਾਈਨਾਂ ਤੇ ਜੀ, ਸਾਰਿਆਂ ਨੂੰ ਫਿਰ ਵੀ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ। ਠੀਕ ਹੈ ਜੀ, ਬਹੁਤ ਵਧੀਆ ਪੜ੍ਹਿਆ ਤੁਸੀਂ, ਜਿੱਦਾਂ ਨਵੇਂ ਸਾਲ 'ਤੇ ਬਹੁਤ ਵਧੀਆ ਗੱਲਾਂ ਮਿੱਠੀਆਂ ਪਿਆਰੀਆਂ ਕੀਤੀਆਂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਠੀਕ ਹੈ ਜੀ, ਬਹੁਤ ਵਧੀਆ ਮੈਸੇਜ, ਬਹੁਤ ਵਧੀਆ ਦਿੱਤਾ ਵੀ ਤੁਸੀਂ ਜਿਹੜੀ ਦਵਾਈ ਬਣ ਗਈ ਹੈਗੀ ਆ ਜੀ, ਤੇ ਇਹਦਾ ਮਤਲਬ ਇਹ ਵੀ ਬਣੀ ਹੋਆ ਤਾਂ ਫਿਰ ਲਵਾਉਣੀ ਵੀ ਪੈਣੀ ਆ ਜੀ, ਲਵਾਓਗੇ ਤਾਂ ਫਾਇਦਾ ਹੋਊਗਾ, ਜੇ ਨਹੀਂ ਲਵਾਓਗੇ ਤਾਂ ਫਿਰ ਫਾਇਦੇ ਦੇ ਚਾਂਸ ਘੱਟ ਹੈਗੇ ਆ ਜੀ। ਹਾਂਜੀ ਹੁਣ ਤੁਸੀਂ ਕਰੋ ਗੱਲਬਾਤ ਸ਼ੁਰੂ ਜੀ।
ਅਤੇ ਆਪਾਂ ਬਸ ਇਹ ਇੱਕ ਤਾਂ ਗੱਲਬਾਤ ਕਰਨੀ ਆ ਵੀ ਜਿਹੜੇ ਕਿਸੇ ਨੇ ਨਵੇਂ ਸਾਲ 'ਤੇ ਕੋਈ ਕਵਿਤਾ ਪੜ੍ਹਨੀ ਹੋਵੇ ਤੁਸੀਂ ਲੈ ਕੇ ਆ ਸਕਦੇ ਆ, ਅਤੇ ਬਾਕੀ ਬੋਲੀਆਂ ਘੋੜੀਆਂ ਸੁਹਾਗ ਸਾਡੇ ਚੱਲਦੇ ਰਹਿੰਦੇ ਆ। ਅਤੇ ਇੱਕ ਮੈਂ ਹੋਰ ਤੁਹਾਨੂੰ ਗੱਲ ਪੁੱਛਣੀ ਚਾਹੁੰਦੀ ਹਾਂ, ਜਿਹੜਾ ਅੱਗੇ ਜਿੱਦਾਂ ਪਹਿਲਾਂ ਪਹਿਲਾਂ ਪ੍ਰਾਹੁਣੇ ਆਉਂਦੇ ਹੁੰਦੇ ਸੀਗੇ ਉਦੋਂ ਕਹਿੰਦੇ ਹੁੰਦੇ ਸੀ ਨਾ ਸੰਦ ਪਾਉਂਦੇ ਆ, ਸੰਦ ਸੰਦ ਜਦੋਂ ਪਾਉਂਦੇ ਹੁੰਦੇ ਜਾਂ ਪਹਿਲਾਂ ਪਹਿਲਾਂ ਪ੍ਰਾਹੁਣਾ ਹੁੰਦਾ ਆਉਂਦਾ ਹੁੰਦਾ ਸੀ ਤਾਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸੀ। ਹਾਂਜੀ ਹਾਂਜੀ, ਉਹ ਕਹਿੰਦੇ ਹੁੰਦੇ ਸੀ ਵੀ ਸੰਦ ਪਾਉਂਦਾ, ਹਾਂਜੀ ਛੰਦ ਪਾਉਣ ਨੂੰ, ਤਾਂ ਉਹ ਫਿਰ ਕੁੜੀਆਂ ਇਕੱਠੀਆਂ ਹੋ ਕੇ ਪਾਉਂਦੀਆਂ ਹੁੰਦੀਆਂ ਸੀਗੀਆਂ। ਤਾਂ ਉਹ ਆ ਕੇ ਦੱਸਣਾ ਵੀ ਹੁਣ ਵੀ ਕੋਈ ਇੱਦਾਂ ਇੰਡੀਆ 'ਚ ਹੈਗਾ ਰਿਵਾਜ ਕਿ ਨਹੀਂ ਹੈਗਾ। ਹਾਂਜੀ, ਅਤੇ ਹੁਣ ਆਪਾਂ ਜਾਂਦੇ ਕੌਲ ਵੱਲ ਜੀ। ਹੈਲੋ ਜੀ। ਹੈਲੋ ਜੀ, ਜਗਦੇਵ ਧੰਨ ਗੁਰਦੇਵ ਜੀ, ਹੈਪੀ ਨਿਊ ਈਅਰ ਆਪ ਜੀ ਸਾਨੂੰ ਵੀ ਜੀ। ਸੱਤਿਆ ਮਹਿੰਗੀ ਮੈਮ ਜੀ ਸਵਾਗਤ। ਪਹਿਲੀ ਤਰੀਕ ਨੂੰ ਮੇਰਾ ਜਨਮ ਦਿਨ ਸੀਗਾ ਅਤੇ ਅੱਜ ਮੇਰੇ ਪੋਤੇ ਦਾ 17 ਸਾਲ ਦਾ ਹੋਇਆ ਜੀ, ਕੀਰਤਨ ਮਹਿਮੀ। ਹਾਂਜੀ, ਤੇ ਕੱਲ ਨੂੰ ਮੇਰੀ ਪੋਤੀ ਦਾ ਜਨਮ ਦਿਨ ਆ, ਉਹਨੇ 19 ਸਾਲ ਦੀ ਹੋਣਾ ਜੀ, ਤੇ ਦੂਸਰੀ ਪੋਤੀ ਨੇ ਹੋਣਾ 14 ਸਾਲਾਂ ਦੀ 18 ਤਰੀਕ ਨੂੰ। ਹਾਂਜੀ, ਸਾਰਿਆਂ ਦੇ ਨਾਂ ਦਾ ਆਪਣਾ ਇੱਥੇ ਪਾਠ ਅੰਮ੍ਰਿਤ ਬਣ ਦਾ ਖਾਤਾ ਹੈ। ਆਹ ਮਹੀਨਾ ਤਾਂ ਫਿਰ ਬਰਥਡੇ ਦਾ ਹੀ ਆ ਸਾਰਾ। ਹਾਂਜੀ ਭਾਜੀ, ਇਦਾਂ ਹੀ ਆ ਸੁਖਣਾ। ਵਧੀਆ ਵਧੀਆ, ਇਹ ਤਾਂ ਵਧਾਈਆਂ ਉਹਨਾਂ ਦੇ ਵੀ ਕਹਿੰਦੇ ਇਸੇ ਮਹੀਨੇ ਦੇ ਆ। ਹਾਂਜੀ, ਵਧਾਈਆਂ ਤੁਹਾਨੂੰ ਬਹੁਤ ਬਹੁਤ ਭੈਣ ਜੀ, ਆਪਣੇ ਲਈ ਵੀ ਤਾਂ ਬੱਚਿਆਂ ਲਈ। ਬਾਕੀ ਤੁਸੀਂ ਉਹ ਸ਼ਨ ਕਹਿੰਦੇ ਹੁੰਦੇ ਸੀ ਉਹਨੂੰ। ਹਾਂਜੀ ਹਾਂਜੀ, ਜਿਹੜੇ ਪ੍ਰਾਹੁਣੇ ਆਉਂਦੇ ਹੁੰਦੇ ਸੀ ਤਾਂ ਉਹਨੂੰ ਕਹਿੰਦੇ ਹੁੰਦੇ ਸ਼ਨ ਪਾ, ਛੰਦ ਕਹਿੰਦੇ ਸੀ। ਬੜੇ ਪਿਆਰ ਨਾਲ ਸੋਹਣੀਆਂ ਸੋਹਣੀਆਂ ਛੰਨਾਂ ਪਾਉਣੀਆਂ, ਕਈਆਂ ਨੇ ਗਲਤ ਬੋਲ ਜਾਣਾ। ਹਾਂਜੀ, ਪਰ ਹੋਰ ਰਿਵਾਜ ਇਸ ਕਰਕੇ ਘਟੀ ਜਾਂਦਾ ਆ ਜੀ, ਕਿ ਅੱਜ ਕੱਲ ਦੇ ਬੱਚਿਆਂ ਨੂੰ ਇੰਨਾ ਨਹੀਂ ਪਤਾ ਹੈਗਾ। ਹਾਂਜੀ, ਤੇ ਉਹ ਚੱਕੇ ਚ ਕਾਹ ਫੇਰ ਕਈ ਵਾਰ ਗਲਤ ਵੀ ਬੋਲ ਜਾਂਦੇ ਆ। ਹਾਂਜੀ, ਕਈ ਤਾਂ ਗਲਤ ਹੀ ਬੋਲ ਜਾਂਦੇ ਸੀ, ਨਹੀਂ ਹੁਣ ਉਹ ਚੀਜ਼ਾਂ ਨਹੀਂ ਹੈ ਜੀ। ਤੇ ਅਸੀਂ ਤਾਂ ਆਪਣੇ ਨਿਆਣੇ ਨੇ ਇੱਕੋ ਸਿਖਾਈ ਸੀ ਵੀ ਆਹੀ ਛੰਨ ਪਾਇਓ ਜੀ, ਜੇ ਇੱਧਰ ਉੱਧਰ ਗੱਲ ਹੋਈ ਤਾਂ ਫਿਰ ਕੰਨ ਪੱਟੀ ਘਰ ਆ ਕੇ ਹੋਣੀ ਆ। ਕੀ ਹੋਣਾ ਜੀ? ਕੰਨ ਪੱਟੀ। ਠੀਕ ਹੈ ਠੀਕ ਹੈ, ਹਾਂਜੀ ਹਾਂਜੀ, ਇਹ ਵਧੀਆ ਚੀਜ਼ ਆ ਜੀ, ਜ਼ਰੂਰ ਆ, ਬੱਚਿਆਂ ਨੂੰ ਦੱਸਣਾ ਚਾਹੀਦਾ ਕਿਉਂਕਿ ਪਤਾ ਤਾਂ ਹੈਗਾ ਹੀ ਆ। ਹਾਂਜੀ, ਕੋਈ ਨਾ ਕੋਈ ਵਿੱਚੋਂ ਸ਼ਰਾਰਤੀ ਕੁੜੀ ਉੱਠ ਕੇ ਕਹਿ ਦਿੰਦੀ ਵੀ ਛੰਨ ਪਾ ਜਾ, ਜੇ ਨਹੀਂ ਪੀਣਾ ਤਾਂ ਪਾਣੀ ਪੀਣਾ ਪੈਣਾ, ਆਹ ਕਰਨਾ ਪੈਣਾ। ਹਾਂਜੀ ਹਾਂਜੀ, ਫਿਰ ਛੰਨਾ ਚਕਾਉਂਦੀਆਂ ਹੁੰਦੀਆਂ। ਠੀਕ ਠਾਕ ਰਹੋ ਜੀ ਤੁਸੀਂ ਵੀ ਸਾਰੇ, ਬਸ ਤੁਹਾਡੇ ਸਾਰੇ ਬੱਚਿਆਂ ਦੇ ਵੀ ਬਰਥਡੇ, ਤੁਹਾਡੇ ਵੀ ਪਰਮਾਤਮਾ ਲੰਬੀ ਉਮਰ ਕਰੇ ਸਾਰੇ ਬੱਚਿਆਂ ਦੀ ਵੀ, ਤਾਂ ਤੁਹਾਡੀ ਵੀ, ਤਾਂ ਤੰਦਰੁਸਤ ਰਹਿਣ ਸਾਰੇ ਜੀ। ਇੱਕ ਹੋਰ ਵੀ ਮੈਂ ਇੱਕ ਗੱਲ ਸ਼ੇਅਰ ਕਰਦੇ ਹਾਂ, ਕਦੀ ਕਦੀ ਦਿਮਾਗ 'ਚ ਫਿਰ ਉਹ ਨਿਕਲ ਜਾਂਦੀਆਂ ਗੱਲਾਂ। ਅੱਜ 3 ਤਰੀਕ ਹੈ, 3 ਜਨਵਰੀ ਹੈਗੀ ਆ 2022, ਔਰ 3 ਜਨਵਰੀ ਜਿਹੜਾ ਦਿਨ ਹੈਗਾ ਇਹ ਸ਼੍ਰੀਮਤੀ ਸਵਿਤਰੀ ਬਾਈ ਫੂਲੇ ਜੀ, ਜਿਹੜੇ ਕਿ ਭਾਰਤ ਦੇ ਜਿਹੜੇ ਪਹਿਲੇ ਅਧਿਆਪਕ ਬਣੇ ਸੀ, ਉਹਨਾਂ ਦਾ ਜਨਮ ਦਿਨ ਵੀ ਹੈ ਅੱਜ, ਔਰ ਉਹ ਮਹਾਨ ਸਮਾਜ ਸੁਧਾਰਕ ਵੀ ਹੋਏ ਆ, ਜਿਨ੍ਹਾਂ ਨੇ ਸਮਾਜ ਵਿੱਚ ਇੱਕ ਕ੍ਰਾਂਤੀ ਲਿਆਂਦੀ ਆ, ਜਿਹੜੀ ਖਾਸ ਕਰਕੇ ਔਰਤਾਂ ਨੂੰ ਜਦੋਂ ਹੈ ਹੀ ਬਿਲਕੁਲ ਵੀ ਹੱਕ ਨਹੀਂ ਸੀ ਪੜ੍ਹਨ ਦਾ, ਜਾਣ ਨਹੀਂ ਦਿੰਦੇ, ਉਦੋਂ ਇੱਦਾਂ ਦੀਆਂ ਗੱਲਾਂ ਚੱਲਦੀਆਂ ਸੀ ਵੀ ਔਰਤ ਸਕੂਲ ਚੱਲ ਗਈ ਤਾਂ ਬਈ ਬੰਦਾ ਮਰ ਜਾਊਗਾ, ਜਾਂ ਇੱਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਸੀ, ਅਤੇ ਇਸ ਕਰਕੇ ਫਿਰ ਪੜ੍ਹੇ ਨਾ ਇਹ, ਹੈ ਨਾ, ਇੱਦਾਂ ਦੀਆਂ ਗੱਲਾਂ ਬਹੁਤ ਹੋਰ ਬਹੁਤ ਹੈਗੀਆਂ, ਚਲੋ ਆਪਾਂ ਪਿੱਛੇ ਛੱਡ ਦਿੰਦੇ ਹਾਂ। ਫਿਰ ਉਹਨਾਂ ਦਾ ਅੱਜ ਜਨਮਦਿਨ ਹੈ, ਜਿਨ੍ਹਾਂ ਨੇ ਕਾਫੀ ਸਾਰੇ ਸਕੂਲ ਵੀ ਖੋਲ੍ਹੇ, ਬਹੁਤ ਕੁਛ ਕੀਤਾ, ਅਤੇ ਉਹਨਾਂ ਨੂੰ ਵੀ ਅਸੀਂ ਅੱਜ ਦੇ ਦਿਨ 'ਤੇ ਮੁਬਾਰਕਾਂ ਦਿੰਦੇ ਹਾਂ ਵੀ ਜਿਨ੍ਹਾਂ ਨੇ ਖਾਸ ਕਰਕੇ ਔਰਤਾਂ ਨੂੰ ਤਾਂ ਉਹਨਾਂ ਦੀ ਹਰ ਘਰ ਵਿੱਚ ਫੋਟੋ ਹੋਣਾ ਚਾਹੀਦਾ, ਔਰ ਉਹਨਾਂ ਨੂੰ ਇੱਜ਼ਤ ਇੰਨੀ ਦੇਣੀ ਚਾਹੀਦੀ ਵੀ ਸਾਨੂੰ ਉਹਨਾਂ ਨੇ ਹੱਕ ਲੈ ਕੇ ਦਿੱਤਾ ਵੀ ਅਸੀਂ ਪੜ੍ਹਨ ਯੋਗੀਆਂ ਹੋ ਗਈਆਂ, ਅਸੀਂ ਕੰਬਲੀਆਂ ਤੋਂ ਅਕਲ ਵਾਲੇ ਹੋ ਗਏ। ਹਾਂਜੀ, ਹੈਲੋ ਜੀ। ਹੈਲੋ ਜੀ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ। ਹੈਲੋ, ਹਾਏ, ਨਮਸਤੇ, ਜੈ ਗੁਰੂਦੇਵ ਜੀ। ਮੈਂ ਮਦਰ ਲਿਸਟਰ ਤੋਂ ਬੋਲਦਾ ਜੀ। ਹਾਂਜੀ, ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ। ਆਪ ਜੀ ਨੂੰ ਵੀ ਜੀ ਨਵੇਂ ਸਾਲ ਦੀਆਂ ਵਧਾਈਆਂ ਬਹੁਤ ਬਹੁਤ। ਹਾਂਜੀ ਹਾਂਜੀ, ਚੰਦ ਲਾਈਨਾ ਮੈਂ ਬੋਲਣ ਲੱਗਾ। ਹਾਂਜੀ, ਜੇ ਆਪ ਦੀ ਇਜਾਜ਼ਤ ਹੋਵੇ। ਇਜਾਜ਼ਤ ਹੈ ਜੀ, ਆ ਤੁਸੀਂ ਫੋਨ ਕੀਤਾ, ਇਜਾਜ਼ਤ ਹੈ ਹੁਣ। ਠੀਕ ਹੈ, ਥੈਂਕ ਯੂ। ਕਹਿੰਦਾ ਚੜਿਆ ਨਵਾਂ ਸਾਲ ਅੱਜ ਦਿਨ ਖੁਸ਼ੀਆਂ ਦਾ ਜੀ, ਚੜਿਆ ਨਵਾਂ ਸਾਲ ਦਿਨ ਖੁਸ਼ੀਆਂ ਦਾ, ਖੁਸ਼ੀ ਦਿਸੇ ਹਰ ਨਰ ਨਾਲ ਅੱਜ ਦਿਨ ਖੁਸ਼ੀਆਂ ਦਾ, ਖੁਸ਼ੀ ਦਿਸੇ ਸਾਰਾ ਸੰਸਾਰ ਅੱਜ ਦਿਨ ਖੁਸ਼ੀਆਂ ਦਾ, ਚੜਿਆ ਨਵਾਂ ਸਾਲ ਅੱਜ ਦਿਨ ਖੁਸ਼ੀਆਂ ਦਾ, ਸੰਗਤ ਬਾਬੇ ਦੇ ਚਰਨਾਂ ਚ ਲੱਗਣ, ਮਨ ਦੀਆਂ ਆਸਾਂ ਪੂਰੀਆਂ ਪੱਬਣ, ਛੱਡਿਆ ਜਕਾਰਾ ਨਾਲ ਅੱਜ ਦਿਨ ਖੁਸ਼ੀਆਂ ਦਾ, ਚੜਿਆ ਨਵਾਂ ਸਾਲ ਅੱਜ ਦਿਨ ਖੁਸ਼ੀਆਂ ਦਾ, ਨਵੇਂ ਸਾਲ ਦੀ ਵਧਾਈ ਹੋਵੇ। ਥੈਂਕ ਯੂ ਜੀ, ਨਵੇਂ ਸਾਲ ਦੀ ਵਧਾਈ ਹੋਵੇ, ਦੁਨੀਆਂ ਜਸ਼ਨ ਮਨਾਈ ਜਾਵੇ, ਸੰਗਤ ਦੇਵੀ ਦੇਵੀ ਦੇ ਚਰਨਾਂ ਚ ਆਈ ਹੋਵੇ, ਗਾ ਗਾ ਕੀਤਾ ਕਮਾਲ ਅੱਜ ਦਿਨ ਖੁਸ਼ੀਆਂ ਦਾ, ਚੜਿਆ ਨਵਾਂ ਸਾਲ ਅੱਜ ਦਿਨ ਖੁਸ਼ੀਆਂ ਦਾ।
ਨਵੇਂ ਸਾਲ ਦੀ ਖੁਸ਼ੀ ਹਰ ਕੋਈ ਮਨਾਵੇ। ਥੈਂਕ ਯੂ। ਨਵੇਂ ਸਾਲ ਦੀ ਖੁਸ਼ੀ ਹਰ ਕੋਈ ਮਨਾਵੇ, ਨੱਚੇ ਟੱਪੇ ਭੰਗੜੇ ਪਾਵੇ, ਜੱਗ ਬੋਲੇ ਆਇਆ ਨਵਾਂ ਸਾਲ, ਅੱਜ ਦਿਨ ਖੁਸ਼ੀਆਂ ਦਾ ਚੜਿਆ ਨਵਾਂ ਸਾਲ, ਅੱਜ ਦਿਨ ਖੁਸ਼ੀਆਂ ਦਾ। ਆਸਾਂ ਹਰ ਇੱਕ ਦੀਆਂ ਪੂਰੀਆਂ ਹੋਵਨ ਨਵੇਂ ਸਾਲ ਜੀ, ਆਸਾਂ ਹਰ ਇੱਕ ਦੀਆਂ ਪੂਰੀਆਂ ਹੋਵਨ, ਘਰ ਘਰ ਖੁਸ਼ੀਆਂ ਦੇ ਭੰਡਾਰੇ ਲਾਵਨ, ਘਰ ਘਰ ਖੁਸ਼ੀਆਂ ਦੇ ਭੰਡਾਰੇ ਲਾਵਨ, ਚੱਲੇ ਮਰਨਾ ਹਰ ਇੱਕ ਦਾ ਕਾਰੋਬਾਰ, ਅੱਜ ਦਿਨ ਖੁਸ਼ੀਆਂ ਦਾ ਚੜਿਆ ਨਵਾਂ ਸਾਲ ਜੀ, ਅੱਜ ਦਿਨ ਖੁਸ਼ੀਆਂ ਦਾ। ਥੈਂਕ ਯੂ ਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ। ਨਵੇਂ ਸਾਲ ਦੇ ਪਤੰਜਲ ਦੇ ਗਏ ਮੋਲਵੀ ਸਾਹਿਬ ਜੀ, ਲਿਸਟਰ ਵਾਲੇ ਰੌਣਕਾਂ ਲਾ ਗਏ ਜੀ ਜੀ। ਹਾਂਜੀ, ਚਲੋ ਠੀਕ ਹੈ ਜੀ, ਹੁਣ ਤੁਸੀਂ ਦੱਸੋ ਜੀ। ਮੈਂ ਦੱਸਦੀ ਹਾਂ, ਅਤੇ ਮੈਂ ਹੁਣ ਇੱਕ ਤਾਂ ਆਹ ਪੜ੍ਹਦੀ ਸੀਗੀ, ਆਹ ਜਿਹੜਾ ਸਵਾਲ ਕੀਤਾ ਸੀ। ਹਾਂਜੀ, ਕੋਲਾਂ ਦਾ ਮੈਨੂੰ ਲੱਗਦਾ ਤਾਂਤਾ ਲੱਗ ਗਿਆ ਹੈਗਾ, ਅਤੇ ਮੈਨੂੰ ਲੱਗਦਾ ਸਾਡੀਆਂ ਗੱਲਾਂ ਬਾਤਾਂ 'ਚ ਅਸੀਂ ਕੀ ਕਹਿਣਾ ਤਾਂ ਕੋਲਾਂ ਨਾਲ ਹੀ ਸਰ ਜਾਣਾ ਹੈਗਾ ਜੀ। ਹੈਲੋ ਜੀ। ਹੈਲੋ ਜੀ, ਮੈਂ ਡਾਕਟਰ ਮੁਹੰਮਦ ਬੋਲ ਰਿਹਾ। ਡਾਕਟਰ ਮੁਹੰਮਦ ਜਾਦ ਸਾਹਿਬ, ਮਿਹਰਬਾਨੀ, ਸ਼ੁਕਰੀਆ। ਮੈਂ ਬਸ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਲੈ ਆਵੇ, ਅਤੇ ਪੁਰਾਣੀਆਂ ਗੱਲਾਂ ਭੁੱਲ ਕੇ ਅਸੀਂ ਨਵੇਂ ਸਾਲ ਵੱਲ ਦੇਖੀਏ। ਬਿਲਕੁਲ, ਦੇਖੋ ਕੋਵਿਡ ਬਿਮਾਰੀ ਗਈ ਨਹੀਂ, ਅਜੇ ਵੀ ਇੱਕ ਨਵਾਂ ਵੇਰੀਅੰਟ ਸ਼ੁਰੂ ਹੋ ਗਿਆ, ਓਮਿਕਰੋਨ ਕੇ, ਪਤਾ ਨਹੀਂ ਕੀ ਕਹਿੰਦੇ ਨੇ। ਓਮਿਕਰੋਨ ਜੀ, ਮਹਿਫੂਜ਼ ਰੱਖੇ, ਇਤਿਆਤ ਵਰਤੋ, ਹਰ ਇੱਕ ਤਰ੍ਹਾਂ ਦੇ ਬੂਸਟਰ ਇੰਜੈਕਸ਼ਨ ਜਿਸ ਤਰ੍ਹਾਂ ਵੀ, ਓਮਿਕਰੋਨ ਹੈ ਡਾਕਟਰ ਸਾਹਿਬ, ਅਤੇ ਅੱਲਾਹ ਤਾਲਾ ਸਭ ਨੂੰ ਆਪਣੇ ਜ਼ਮਾਨ 'ਚ ਰੱਖੇ ਜੀ। ਜੀ ਬਿਲਕੁਲ, ਛੁਟਕਾਰਾ ਹੋਵੇ। ਤੇ ਬਸ ਇੱਕ ਸ਼ੇਰ ਪੜ ਦੇਣਾ, ਗਮੇ ਹਸਤੀ ਕਾ ਅਸਦ ਕਿਸੇ ਹੋ ਜਜ਼ੇ ਜੁਜ਼ੇ ਮਰ ਕੇ ਇਲਾਜ, ਸ਼ਮਾ ਹਰ ਰੰਗ ਮੇ ਜਲਤੀ ਹੈ ਸਹਿਰ ਹੋਣੇ ਤੱਕ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਜੀ। ਚਲੇਗਾ ਹੁਣ ਜੀ, ਹਾਂਜੀ ਠੀਕ ਹੈ। ਉਹਨਾਂ ਨੇ ਗੱਲਬਾਤ ਕੀਤੀ ਸੀ, ਉਹ ਓਮਿਕਰੋਨ ਦੀ ਗੱਲਬਾਤ ਕਰਦੇ ਸੀ, ਨਵਾਂ ਵਾਇਰੈਂਟ ਜਿਹੜਾ ਆਇਆ ਹੈਗਾ ਜੀ ਜੀ। ਆਪਾਂ ਵੀ ਥੋੜ੍ਹੀ ਬਹੁਤੀਆਂ ਗੱਲਾਂ ਕਰਦੇ ਜਾਵਾਂਗੇ, ਪਰ ਕੋਲਾਂ ਦਾ ਤਾਂਤਾ ਇੰਨਾ ਲੱਗ ਜਾਣਾ ਵੀ ਸਾਨੂੰ ਵੇਹਲ ਨਹੀਂ ਲੱਗਣਾ ਹੈਗਾ। ਪਿਛਲੇ ਹਫ਼ਤੇ ਵੀ ਇੱਦਾਂ ਹੋਏ ਸੀ, ਬੜੀ ਮੁਸ਼ਕਲ ਨਾਲ ਅਸੀਂ ਵਿੱਚੋਂ ਗੱਲਾਂ ਕੀਤੀਆਂ ਸੀ। ਹਾਂਜੀ, ਹੈਲੋ ਜੀ। ਹੈਲੋ ਜੀ, ਜੈਗਰਦੇਵ, ਧੰਨ ਗੁਰਦੇਵ ਜੀ, ਦੋਨੋਂ ਜਣਿਆਂ ਨੂੰ, ਸਾਰੇ ਜਗਤ ਨੂੰ ਮੇਰੇ ਵੱਲੋਂ ਜੀ, ਆਪ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਦੀਆਂ। ਹਾਂਜੀ, ਚਾਰਾਂ ਦੇ ਘਰ ਖੁਸ਼ੀਆਂ ਹੀ ਮਤਲਬ ਲਿਆਂਦਾ ਰਹੇ ਸਦਾ ਵਾਸਤੇ ਜੀ, ਤੇ ਆ ਦੁੱਖਾਂ ਤੇ ਮਤਲਬ ਆਪਾਂ ਨੂੰ ਛੁਡਾਵੇ। ਬਿਲਕੁਲ, ਤੇ ਤੁਸੀਂ ਛੰਨਾ ਦੀ ਗੱਲ ਕੀਤੀ ਸੀ ਜੀ, ਜਦੋਂ ਨਾ ਉੱਥੇ ਕੁੜੀਆਂ ਨੂੰ ਉੱਥੇ ਪਾਰਟੀ ਪੁਲਟੀ ਜਦੋਂ ਬੈਠੇ ਹੁੰਦੇ ਨਾ, ਉੱਥੇ ਪਰਾਤ ਵਿੱਚ ਉਹ ਘਲਾਉਂਦੇ ਹੁੰਦੇ ਨਿਆਣੇ ਨੂੰ, ਦੁੱਧ ਹੁੰਦਾ ਵਿੱਚ ਮੁੰਦੀਆਂ ਸਿੱਟ ਲੈਂਦੇ ਇੱਕ ਨਾ। ਹਾਂਜੀ, ਉਦੋਂ ਉਹਨਾਂ ਨੂੰ ਕਹਿੰਦੇ ਹੁੰਦੇ ਸੀ, ਅੱਛਾ ਪਹਿਲਾਂ ਖੇਡਣ ਮਗਰੋਂ ਕਹਿਣਾ ਨਾ, ਜਾਂ ਛੰਨ ਪਾ ਜਾਂ ਤੂੰ ਪਾਣੀ ਤੈਨੂੰ ਪੀਣਾ ਪੈਣਾ ਸਾਰਾ। ਬਹੁਤ ਖੁਸ਼ੀ ਜੇ ਮਨਾਉਂਦੀਆਂ ਹੁੰਦੀਆਂ ਸੀ, ਮਤਲਬ ਉਹਦਾ ਬਿਹਾਰ ਤਾਂ ਕੋਈ ਗੱਲ ਹੀ ਨੀ ਸੀ, ਮਤਲਬ ਖੁਸ਼ੀਆਂ ਇੰਨੀਆਂ ਉਹਨਾਂ ਦਿਨਾਂ ਚ ਮਨਾਉਂਦੇ ਹੁੰਦੇ ਸੀ ਨਾ, ਕੋਈ ਨਾ ਕੋਈ ਬਹਾਨਾ ਆਪਾਂ ਲੱਭਦੇ ਹੁੰਦੇ ਸੀਗੇ। ਨਵਾਂ ਸਾਲ ਹੋਵੇ ਖੁਸ਼ੀਆਂ ਭਰਿਆ, ਸ਼ਹਿਰ ਦੀ ਵੀ ਦਿਲੋਂ ਦੁਆ ਮਿੱਤਰੋ, ਰੱਬ ਕਰੇ ਸੋਹਣੇ ਬਚਨ ਤਾਈ, ਲੱਗੇ ਨਾ ਤੱਤੀ ਵਾਓ ਨਵਾਂ ਸਾਲ, ਇੰਡੀਆ ਸਾਡਾ ਰਹੇ ਸਦਾ ਬਸਦਾ, ਦੁਸ਼ਮਣ ਵੀ ਰੱਬਾ ਰਹੇ ਹੱਸਦਾ, ਦਿੱਲੀ ਦੀ ਵੀ ਇਹੋ ਦੁਆ ਮਿੱਤਰੋ, ਗਿਆ ਇਹ ਨਵਾਂ ਸਾਲ ਵੀਰੋ ਨਵਾਂ ਹੀ ਆਵੇ, ਗੱਭਰੂਆਂ ਤਾਈ ਨਸ਼ਾ ਛਡਾਵੇ, ਕੋਈ ਫੀਮ ਨਾ ਗੋਲੀਆਂ ਖਾਵੇ, ਇਹ ਭੈਣਾਂ ਦਾ ਦੁਆ ਮਿੱਤਰੋ, ਭਾਈ ਨੂੰ ਭਾਈ ਰਹਿਣ ਬੁਲਾਉਂਦੇ ਰਹਿਣ ਗਰੀਬਾਂ ਦੀ, ਭਾਈ ਨੂੰ ਭਾਈ ਬੁਲਾਉਂਦੇ ਰਹਿਣ ਬੁਲਾਉਂਦੇ ਰਹਿਣ ਗਰੀਬਾਂ ਦੀ, ਦੁੱਖ ਪਟਾਉਂਦੇ ਖੁਸ਼ੀਆਂ ਵੰਡੀਏ ਖੁਸ਼ੀਆਂ ਮਨਾਈਏ, ਰਹਿਣ ਰਹਿਣ ਨਿਭਾਉਂਦੇ ਵਫਾ ਮਿੱਤਰੋ। ਤੇ ਤੁਹਾਨੂੰ ਜੀ ਬਹੁਤ ਬਹੁਤ ਖੁਸ਼ੀਆਂ ਤੁਹਾਨੂੰ ਜੀ ਉਹਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਵੀ, ਤੇ ਚੜ੍ਹਦੀ ਕਲਾ ਰੱਖੇ, ਤੰਦਰੁਸਤੀ ਰੱਖੇ, ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਬਸ ਖੁਸ਼ ਰਹੋ, ਬਾਜ ਰਹੋ, ਠੀਕ ਹੈ, ਬਹੁਤ ਲੈ ਕੇ ਆਵੋ।
ਚਰਨਜੀਤ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਠੀਕ ਠਾਕ ਰਹੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਤੰਦਰੁਸਤ ਰਹੋ ਤਾਂ ਇੱਦਾਂ ਹੀ ਹੱਸਦੇ ਖੇਡਦੇ ਜਿੱਦਾਂ ਆਪਣੀਆਂ ਗੱਲਾਂ ਬਾਤਾਂ ਕਰਦੇ ਰਹੋ ਹੈ ਨਾ ਬਹੁਤ ਸੋਹਣਾ ਲੱਗਦਾ ਜਦੋਂ ਸਾਰੇ ਜਿੱਦਾਂ ਪ੍ਰੋਗਰਾਮ ਦੇਖਦੇ ਆ ਤਾਂ ਫਿਰ ਆਪਣੇ ਨਾਲ ਗੱਲਬਾਤ ਕਰਦੇ ਸਾਨੂੰ ਵੀ ਬੜਾ ਚੰਗਾ ਲੱਗਦਾ ਆ ਕਿ ਅਸੀਂ ਤਾਂ ਇੱਦਾਂ ਕਹਿੰਦੇ ਆਪਾਂ ਇੱਦਾਂ ਹੀ ਨਵਾਂ ਸਾਲ ਇੱਦਾਂ ਹੱਸਦੇ ਖੇਡਦੇ ਮਨਾਈਏ ਸਾਰੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹਿਣ ਤਾਂ ਇੱਦਾਂ ਹੀ ਆਪਾਂ ਹੱਸਦੇ ਖੇਡਦੇ ਬਸ ਰਹੀਏ ਠੀਕ ਹੈ ਅਤੇ ਹੁਣ ਆਪਾਂ ਜਾਂਦੇ ਕੋਲਵਾਲ ਜੀ ਹੈਲੋ ਜੀ ਹੈਲੋ ਜੀ ਹੈਲੋ ਜੀ ਜੈ ਵਾਲਮੀਕੀ ਭੈਣ ਜੀ ਤੁਹਾਨੂੰ ਤੇ ਭਾਜੀ ਦੋਨਾਂ ਨੂੰ ਹਾਂਜੀ ਪੂਜਾ ਜੀ ਸਵਾਗਤ ਹੈ ਤੁਹਾਡਾ ਥਾਪੜ ਜੀ ਲੱਗਦੇ ਆ ਹਾਂਜੀ ਤੇ ਹੈਪੀ ਨਿਊ ਈਅਰ ਤੁਹਾਨੂੰ ਆਪ ਜੀ ਨੂੰ ਵੀ ਜੀ ਆਪ ਜੀ ਨੂੰ ਵੀ ਹੋਰ ਸਾਰੇ ਪਰਿਵਾਰ ਠੀਕ ਪਰਮਾਤਮਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਹਾਂਜੀ ਤੇ ਤੁਹਾਡਾ ਪ੍ਰੋਗਰਾਮ ਨੂੰ ਵੀ ਇਹੀ ਆਸ਼ੀਰਵਾਦ ਹੈ ਕਿ ਤੁਹਾਡਾ ਪ੍ਰੋਗਰਾਮ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਜੀ ਤੇ ਕੰਛੀ ਟੈਲੀਵਿਜ਼ਨ ਵੀ ਚੜ੍ਹਦੀ ਕਲਾ ਦੇ ਵਿੱਚ ਰਵੇ ਨਵੇਂ ਸਾਲ ਵਿੱਚ ਹੋਰ ਉਪਲਬਧੀਆਂ ਹਾਸਲ ਕਰੇ ਬਿਲਕੁਲ ਤੇ ਹਾਂਜੀ ਜਿਸ ਤਰ੍ਹਾਂ ਭਾਈ ਭਾਜੀ ਨੇ ਹੁਣੇ ਦੱਸਿਆ ਆ ਕਿ ਸਾਡੇ ਸਵਿਤਰੀ ਬਾਈ ਫੂਲੇ ਜੀ ਉਹਨਾਂ ਨੂੰ ਕ੍ਰਾਂਤੀ ਜੋਤੀ ਵੀ ਕਿਹਾ ਕਹਿੰਦੇ ਆ ਕ੍ਰਾਂਤੀ ਜੋਤੀ ਸਵਿਤਰੀ ਬਾਈ ਫੂਲੇ ਉਹਨਾਂ ਦਾ ਵੀ ਅੱਜ ਜਨਮ ਦਿਨ ਆ ਤੇ ਜਿਹੜਾ 3 ਜਨਵਰੀ 1831 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਸੀਗਾ ਤੇ 10 ਮਾਰਚ 1897 ਨੂੰ ਤਾਂ ਫਿਰ ਉਹ ਜਿੱਦਾਂ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ ਜੀ ਜੀ ਸੋ ਉਹਨਾਂ ਨੂੰ ਵੀ ਯਾਦ ਹੈ ਬਹੁਤ ਬਹੁਤ ਅਸੀਂ ਵਧਾਈ ਦਿੰਦੇ ਉਹਨਾਂ ਦੇ ਜਨਮ ਦਿਨ ਦੀ ਉਹਨਾਂ ਦੇ ਘਰ ਨੇ ਇੱਕ ਮੁਕਤ ਮਹਿਲਾ ਮੁਕਤੀ ਅੰਦੋਲਨ ਵੀ ਚਲਾਇਆ ਸੀਗਾ ਬਹੁਤ ਕੁਝ ਕੀਤਾ ਜ਼ਿੰਦਗੀ ਚ ਨਹੀਂ ਔਰ ਜਿਸ ਤਰ੍ਹਾਂ ਹੁਣੇ ਭਾਜੀ ਦੱਸ ਕੇ ਵੀ ਹਟੇ ਆ ਕਿ ਉਹ ਏਦਾਂ ਦੀ ਸਟਰੋਂਗ ਮਹਿਲਾ ਸੀ ਉਹਦੇ ਰਸਤੇ ਚ ਇੰਨੀਆਂ ਰੁਕਾਵਟਾਂ ਆਈਆਂ ਜੀ ਪਰ ਉਹ ਜਿੱਦਾਂ ਪਿੱਛੇ ਨਹੀਂ ਹਟੇ ਕਿਉਂਕਿ ਉਹ ਜਿਸ ਟਾਈਮ ਉਹ ਜੋਤੀ ਬਾਈ ਫੂਲੇ ਜੀ ਉਹਨਾਂ ਦੇ ਪਤੀ ਜੀ ਨੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਜੀ ਬਹੁਤ ਸਪੋਰਟ ਕੀਤਾ ਉਹਨਾਂ ਨੇ ਬਿਲਕੁਲ ਤੇ ਉਹਨਾਂ ਨੇ ਕਹਿੰਦੇ ਰਸਤਿਆਂ ਮੈਂ ਤੇ ਇੱਥੋਂ ਤੱਕ ਵੀ ਪੜਿਆ ਕਿ ਜਦੋਂ ਜਾਂਦੇ ਸੀ ਨਾ ਵੀ ਦਿਨ ਰਾਤ ਸੇਵਾ ਕਰਦੇ ਸੀ ਉਹ ਤੇ ਉਹਨਾਂ ਦੇ ਰਸਤੇ ਦੇ ਵਿੱਚ ਇੰਨੀ ਗੰਦਗੀ ਖਲਾਰ ਦਿੰਦੇ ਸੀ ਲੋਕ ਸਮਾਜ ਇਦਾਂ ਦਾ ਸੀਗਾ ਪੂਜਾ ਜੀ ਬੇਈ ਜਾਣੀ ਦਾ ਸੀ ਵੀ ਉਹ ਔਰਤਾਂ ਨੂੰ ਜਿੱਦਾਂ ਵੀ ਫੋਲੋ ਨਾ ਕਰਨ ਇਹਨੂੰ ਵੀ ਔਰਤਾਂ ਕਾਮਯਾਬ ਨਾ ਹੋਣ ਤਾਂ ਸਹੀ ਗੱਲ ਹੈ ਜਿਸ ਤਰ੍ਹਾਂ ਭਾਈ ਸਾਹਿਬ ਤੁਸੀਂ ਕਿਹਾ ਆ ਕਿ ਸਾਨੂੰ ਉਹਨਾਂ ਦਾ ਬਹੁਤ ਆਭਾਰ ਪ੍ਰਗਟ ਕਰਨਾ ਚਾਹੀਦਾ ਆ ਬਿਲਕੁਲ ਔਰਤਾਂ ਨੂੰ ਸਾਨੂੰ ਸਾਡੀ ਖਾਤਰ ਅਸੀਂ ਅੱਜ ਐਜੂਕੇਟਡ ਆ ਤਾਂ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਤੁਸੀਂ ਤੁਸੀਂ ਜੇ ਅੱਜ ਇਸ ਥਾਂ ਤੇ ਬੈਠੇ ਪੂਜਾ ਜੀ ਤੁਸੀਂ ਟੀਚਰ ਆ ਤੁਸੀਂ ਪੜ੍ਹਾਈਆਂ ਕੀਤੀਆਂ ਔਰ ਇਸ ਥਾਂ ਤੇ ਇੰਗਲੈਂਡ ਵਿੱਚ ਵੀ ਆ ਕੇ ਤੁਸੀਂ ਉਹ ਮੁਕਾਮ ਹਾਸਲ ਕੀਤੇ ਤਾਂ ਇਹ ਉਹਨਾਂ ਦੀ ਬਦੌਲਤ ਆ ਵੀ ਇੰਨਾ ਚਿਰ ਪਹਿਲਾਂ ਜਿਹੜੇ ਬਿਲਕੁਲ ਬਿਲਕੁਲ ਹਾਂਜੀ ਤੇ ਉਹਨਾਂ ਨੇ ਸਾਨੂੰ ਔਰਤਾਂ ਨੂੰ ਕਾਮਯਾਬ ਵੀ ਦਿੱਤੀ ਮੈਂ ਕਹਿੰਦੀ ਆ ਕਿ ਬਹੁਤ ਵੱਡਾ ਸਿਹਰਾ ਆ ਉਹਨਾਂ ਦੇ ਸਿਰ ਤੇ ਸਾਨੂੰ ਕਾਮਯਾਬ ਕਰਨ ਲਈ ਜੇ ਕੋਈ ਇਦਾਂ ਦਾ ਸਟੈਪ ਨਾ ਚੁੱਕੇ ਤਾਂ ਬੰਦਾ ਜਿਹੜੇ ਪਿਛਲੀਆਂ ਪੀੜ੍ਹੀਆਂ ਬਾਕੀ ਦੀਆਂ ਪੀੜ੍ਹੀਆਂ ਵੀ ਆਉਣ ਤੱਕ ਜਿੰਨਾ ਚਿਰ ਕੋਈ ਸਟੈਪ ਨਹੀਂ ਚੁੱਕਦਾ ਤਾਂ ਅਨਪੜ੍ਹੇ ਰਹਿ ਜਾਂਦੀਆਂ ਅਨਪੜ੍ਹੀ ਰਹਿ ਜਾਂਦੀਆਂ ਬਿਲਕੁਲ ਹਾਂਜੀ ਬਿਲਕੁਲ ਅਨਪੜ੍ਹੀ ਰਹਿ ਜਾਂਦੀਆਂ ਉਹਨਾਂ ਨੂੰ ਤੰਗੀਆਂ ਕੱਟਣੀਆਂ ਪੈਂਦੀਆਂ ਜਿਹੜਾ ਪਹਿਲਾਂ ਸਟੈਪ ਚੱਕਦਾ ਉਹਨਾਂ ਨੂੰ ਪ੍ਰੋਬਲਮ ਉਹਨਾਂ ਨੂੰ ਤਾਂ ਜ਼ਿਆਦਾ ਸੰਘਰਸ਼ ਤੰਗੀਆਂ ਵੀ ਕੱਟਣੀਆਂ ਪੈਂਦੀਆਂ ਨਾ ਵੀ ਉਹਨਾਂ ਦਾ ਹੁੰਦਾ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਆ ਨਾ ਜੀ ਤੇ ਅਗਰ ਤੁਸੀਂ ਕਾਮਯਾਬੀ ਵੱਲ ਨੂੰ ਵੱਧ ਰਹੇ ਆ ਤਾਂ ਤੁਹਾਡੇ ਰਸਤੇ 'ਚ ਬਹੁਤ ਲੋਕ ਰੁਕਾਵਟਾਂ ਪਾਉਂਦੇ ਪਰ ਉਹਨਾਂ ਦਾ ਜ਼ਿੰਦਗੀ 'ਚ ਨਾਮ ਵੀ ਫਿਰ ਬਣ ਜਾਂਦਾ ਜਿਹੜਾ ਰੁਕਾਵਟਾਂ ਚੱਲ ਚੱਲ ਜੇ ਆਪਾਂ ਰੁਕਾਵਟਾਂ ਵੱਲ ਨਾ ਧਿਆਨ ਦਿੰਦੇ ਹੋਏ ਆਪਣੀ ਜਿੱਦਾਂ ਕਹਿੰਦੇ ਹੁੰਦੇ ਮੰਜ਼ਿਲ ਵੱਲ ਧਿਆਨ ਦਈਏ ਜੀ ਫਿਰ ਆਪਾਂ ਨੂੰ ਕਾਮਯਾਬੀ ਤੋਂ ਕੋਈ ਰੋਕ ਨਹੀਂ ਸਕਦਾ ਤੇ ਮੈਂ ਤਾਂ ਇਗਜ਼ਾਮਪਲ ਹਮੇਸ਼ਾ ਬਾਬਾ ਸਾਹਿਬ ਦੀ ਵੀ ਦਿੰਦੀ ਕਿ ਅਗਰ ਬਾਬਾ ਸਾਹਿਬ ਜੀ ਨੂੰ ਜਿੰਨਾ ਸੰਘਰਸ਼ ਬਾਬਾ ਸਾਹਿਬ ਨੂੰ ਵੀ ਕਰਨਾ ਪਿਆ ਆ ਇੱਥੋਂ ਤੱਕ ਬਾਬਾ ਸਾਹਿਬ ਬਣਨ ਲਈ ਡਾਕਟਰ ਅੰਬੇਦਕਰ ਬਣਨ ਲਈ ਅਗਰ ਉਹ ਵੀ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਦੇਖਦੇ ਨਾ ਤਾਂ ਫਿਰ ਉਹ ਵੀ ਕਦੀ ਡਾਕਟਰ ਅੰਬੇਦਕਰ ਨਹੀਂ ਸੀ ਬਣ ਸਕਦੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕੀਤਾ ਉਹਨੇ ਤਾਂ ਆਪਣੇ ਬੱਚੇ ਤੱਕ ਨਹੀਂ ਦੇਖੇ ਵਿਚਾਰੇ ਹਾਂਜੀ ਤੇ ਉਹਨਾਂ ਨੇ ਜਿਹਦੇ ਚ ਨੁਕਤਾ ਚੀਨੀ ਉਹਨਾਂ ਦੀ ਬੁਰਾਈ ਕਰਦੇ ਸੀ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਸੋ ਮਹਾਰਾਜ ਸਵਿਤਰੀ ਬਾਈ ਫੂਲੇ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਇਸ ਤਰ੍ਹਾਂ ਦੀਆਂ ਔਰਤਾਂ ਕ੍ਰਾਂਤੀਕਾਰੀ ਔਰਤਾਂ ਜਿਹੜੀਆਂ ਆ ਉਹ ਸਾਡੇ ਸਮਾਜ ਦੇ ਵਿੱਚ ਦੁਬਾਰਾ ਦੁਬਾਰਾ ਪੈਦਾ ਹੋਣ ਬਿਲਕੁਲ ਤੇ ਜਿਸ ਤਰ੍ਹਾਂ ਭੈਣ ਜੀ ਸਤਿਆਨ ਦੱਸਿਆ ਕਿ ਉਹਨਾਂ ਦੇ ਪਰਿਵਾਰ 'ਚ ਵੀ ਨਵੇਂ ਸਾਲ ਤੋਂ ਬਰਥਡੇ ਆ ਰਹੇ ਉਹਨਾਂ ਨੂੰ ਵੀ ਸਾਰੇ ਉਹਨਾਂ ਦੇ ਬੱਚਿਆਂ ਦੇ ਬਰਥਡੇ ਵੀ ਲੱਖ ਲੱਖ ਵਧਾਈ ਔਰ ਮੇਰੇ ਖੁਦ ਵੀ ਭਤੀਜੇ ਦਾ ਬਰਥਡੇ ਸੀਗਾ ਨਿਊ ਈਅਰ ਤੇ ਉਹ ਵੀ ਬੋਰਨ ਹੋਇਆ ਹੋਇਆ ਆ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਮੇਰੇ ਭਤੀਜੇ ਨੂੰ ਵੀ ਸੋ ਮੇਰਾ ਨੂੰ ਸਾਰਿਆਂ ਨੂੰ ਹੈਪੀ ਬਰਥਡੇ ਕਹਿੰਦੀ ਆ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਗੱਲ ਥੋੜੀ ਵੱਡੀ ਵੀ ਹੋ ਗਈ ਆ ਤੇ ਜੇ ਚਾਹੋ ਤਾਂ ਮੈਂ ਛੋਟਾ ਜਿਹਾ ਇੱਕ ਮਹਾਰਾਜ ਦੇ ਨਾਂ ਤੇ ਭਜਨ ਗਾਣਾ ਚਾਹੁੰਦੀ ਆ ਨਵੇਂ ਸਾਲ ਦੀ ਖੁਸ਼ੀ ਚ ਛੋਟਾ ਕਰਕੇ ਗਾ ਦਿਓ ਹਾਂਜੀ ਛੋਟਾ ਜਿਹਾ ਹਾਂਜੀ ਛੋਟਾ ਕਰੂੰਗੀ ਹਾਂਜੀ ਕਿਉਂਕਿ ਮੈਨੂੰ ਪਤਾ ਹੋਰ ਵੀ ਭੈਣ ਭਰਾ ਲਾਈਨ ਵਿੱਚ ਆ ਕਿਉਂਕਿ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਆਉਂਦੇ ਆ ਬੁਲਾਰੇ ਸਾਨੂੰ ਵੀ ਗੱਲਾਂ ਕਹਿਣੀਆਂ ਮੁਸ਼ਕਲ ਹੋ ਜਾਂਦੀਆਂ ਜੀ ਵਿੱਚ
बीबी जी भी पैरी पैना कहना जी साडे वल्लों बीबी जी तो बड़े प्यार नाल देख रहे हां जी ठीक है जी उन्हां दा ओ सब तो कहिंदे राणी उन्हां ने अज आउणा है ठीक है सब ला लो ठीक है कदी गल भी करा दियो फोन दी फोन दे उत्ते उन्हां नाल अज मैं करानी हां जी उन्हां दी भी करानी है डर तेरे ते संगता आईया रल मिल दे नवदाइया खुशी दा दिन है आया खुशी दा दिन है आया तू है सब दे दिल दा तारा तू ही एक सहारा खुशी दा दिन है आया खुशी दा दिन है आया सब दे जग जाने जी। लिखी सी राम कहानी खुशी दा दिन है आया खुशी दा दिन है आया दर तेरे ते संगता आईया रल मिल दे नवदाइया खुशी दा दिन है आया हां जी आ लो जी तुसी माता जी ना गल करो ठीक है तुसी भी रानी होनी ठीक है जी आप जी नू भी माता जी बहुत बहुत बधाइयां हो नवे साल दिया किदा ठीक ठाक प्रोग्राम बहुत सोहना लगता ठीक है जी ऐदा ही तुसी राजी खुशी रहो तो प्रोग्राम दिंदे रहो जी अज तो पहली बार बोली आ मैं तकड़े हो जाना तुसी गल बात करया करो तकड़े तुसी आपे हो जाना नवा साल चढ़े खुश हो जाना तंदुरुस्त हां जी तकड़े ना तुहानू देख के हो जाईदा पुत ठीक है जी ठीक है थैंक यू तुहाडा बहुत बहुत जिदा हुण अपने राम प्यारी जी जिदा जरूरी देखदे प्रोग्राम ते कॉल भी कर लेंदे सारयां दे फोन जिदा प्रोग्राम तां जदों मिलदे किसे प्रोग्राम दे विच मिलदे तां बहुत जिहड़ा भैणा भरावां दा हुंदा वी असीं तुहानूं तुहाडे प्रोग्राम देखदे आं जी पर कॉल नहीं करदे हैगे चलो कोई गल नहीं फिर देखदे तां हैगे हां जी देखदे पर गल मैं इह करदा वी पूजा जी ने ते आ के रौनकां ला दित्तियां जी जी इन्ना सोहणा इन्ना प्यारा उहनां बधाइयां दा जिहड़ा गाणा गाया सी कई वारी आपां मिस कर दिंदे गल नूं वी चलो रहण दिओ काहली विच असीं तां गल्लबात कर लो छड्ड दिओ हैना नहीं जी सोहणा चाहीदा बहुत सोहणा सीगा पूजा जी असीं इस गल दीआं वी वधाईआं सुणदे तुहाडी इन्नी प्यारी आवाज़ सीगी और तुसीं बहुत प्यार नाल गाया हैगा जी जी और सोहणीआं गल्लां पता बड़ा सोहणा माता जी भी कर गए गल्लां समझदार फैमिली आ हां जी पढ़े लिखे इदां ही हुंदी आ फिर पढ़े लिखियां दा सारे जिन्नी जिन्नी किसे नूं अपनी कहिंदे हुंदे परमात्मा ने सोझी दित्ती सारे अपना अपना प्रोग्राम दे विच हिस्सा लैंदे आ ते असीं तां कहिंदे सारे इधर रल मिल के जिहड़े नहीं भी फोन करदे ओह भी करिया करो पता लगदा आ तुहाडा दिल लगदा फिर ते इक वारी तुसीं कर लिया इक मैं हुणे ही आ कॉल आउंदी आ पर इह तों पहले इक मैं गल कर दिआं थोड़ी जिही मैनूं याद आ जांदी गल फिर मेरे दिमाग च आ जांदी कह दिआं मैं हां मैं अज प्रोग्राम इक देख रिहा सी और दस्सिया बई ਜਿਹੜੇ ਲੋਕਾਂ ਦੀ ਬਹੁਤ ਜ਼ਿਆਦਾ ਉਮਰ ਹੋ ਜਾਂਦੀ ਆ ਆਪਾਂ ਤੁਹਾਨੂੰ ਮੈਂ ਇਸ਼ਾਰਾ ਕਰਕੇ ਕਿਹਾ ਸੀ ਪ੍ਰੋਗਰਾਮ ਦੇਖੋ ਗੱਲਬਾਤ 2 ਮਿੰਟ ਲਈ ਚੱਲੀ ਸੀ 1 ਮਿੰਟ ਲਈ ਸ਼ਾਇਦ ਚੱਲੀ ਹੋਵੇ ਬਈ ਜਿਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਉਮਰ ਹੁੰਦੀ ਆ ਉਹ ਬਾਕੀ ਲੋਕਾਂ ਨਾਲੋਂ ਉਹ ਵੱਖਰੇ ਆ ਉਹ ਇਸ ਕਰਕੇ ਵੱਖਰੇ ਆ ਕਿਉਂਕਿ ਉਹ ਗੱਲਾਂ ਬਾਤਾਂ ਕਰਦੇ ਆ 100 ਸਾਲ ਤੋਂ ਉੱਤੇ ਉਮਰ ਸੀ ਸਾਰੇ ਉਹ ਕਹਿੰਦੇ ਵੀ ਸਾਡੇ ਕੋਲ ਸਾਡੇ ਦੋ ਤੇ ਪੋਤੇ ਸਾਰੇ ਆ ਕੇ ਜਾਂ ਸਾਡੇ ਕੋਲ ਆਉਂਦੇ ਆ ਸਾਨੂੰ ਦਾਦੀ ਨਾਨੀ ਮਾਮੀ ਕਹਿੰਦੇ ਆ ਜੋ ਵੀ ਬੀਬੀ ਕਹਿੰਦੇ ਆ ਕਾਫੀ ਸਿਆਣੇ ਇਹ ਗੋਰਿਆਂ ਦੀ ਗੱਲ ਹੈਗੀ ਆ ਜੀ
ਬਈ ਉਹ ਇਟਲੀ ਦੀ ਗੱਲ ਆ ਇਹ ਇਟਲੀ ਦੇ ਲੋਕ ਜਿਹੜੇ ਆ ਉਹ ਉਹਨਾਂ ਦੇ ਵਿੱਚ 100 ਸਾਲ ਦੇ ਨੇੜੇ ਤੇੜੇ ਦੀ ਉਮਰ ਉਹ ਕਹਿੰਦੇ ਦੂਜੇ ਲੋਕਾਂ ਨਾਲੋਂ 10-20 ਸਾਲ ਉਹਨਾਂ ਦੀ ਜ਼ਿਆਦਾ ਉਮਰ ਹੋ ਜਾਂਦੀ ਆ ਇਸ ਕਰਕੇ ਹੁੰਦੀ ਆ ਕਿਉਂਕਿ ਜੁਆਇੰਟ ਫੈਮਿਲੀਆਂ ਇਕੱਠੇ ਰਹਿੰਦੇ ਪਰਿਵਾਰਾਂ ਦੇ ਵਿੱਚ ਉਹ ਪਰਿਵਾਰਾਂ ਵਿੱਚ ਉਹਨਾਂ ਦੇ ਜਿਹੜੇ ਬਾਕੀ ਦੇ ਪਰਿਵਾਰ ਦੇ ਮੈਂਬਰ ਆ ਨਾ ਉਹ ਸਾਰੇ ਆ ਕੇ ਉਹਨਾਂ ਨੂੰ ਮਿਲਦੇ ਗਿਲਦੇ ਆ ਅਤੇ ਉਹਨਾਂ ਦਾ ਫਿਰ ਦਿਲ ਲੱਗਾ ਰਹਿੰਦਾ ਖੁਸ਼ ਹੁੰਦੇ ਆ ਉਹਨਾਂ ਦੇ ਅੰਦਰ ਰੂਹ ਖੁਸ਼ ਹੁੰਦੀ ਜਦ ਤੁਸੀਂ ਖੁਸ਼ ਹੈ ਤਾਂ ਤੁਹਾਡੀ ਉਮਰ ਆਪੇ ਵਧਣੀ ਆ ਜੇ ਤੁਸੀਂ ਦਿਲੋਂ ਖੁਸ਼ ਨਹੀਂ ਹੈਗੇ ਤਾਂ ਉਮਰ ਤਾਂ ਆਪੇ ਘੱਟਦੀ ਰਹਿੰਦੀ ਆ ਸੋ ਇਹ ਵੀ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਜੁਆਇੰਟ ਫੈਮਿਲੀਆਂ ਵਿੱਚ ਆ ਕੇ ਇੱਕ ਦੂਜੇ ਨੂੰ ਮਿਲਣਾ ਇਹ ਵੀ ਬਹੁਤ ਇੱਕ ਤੰਦਰੁਸਤੀ ਦੀ ਨਿਸ਼ਾਨੀ ਹੈਗੀ ਹੁਣ ਆਪਾਂ ਜਾਂਦੇ ਕੋਲ ਵਾ ਹਾਂਜੀ ਹੈਲੋ ਜੀ ਹੈਲੋ ਜੀ ਹੈਲੋ ਜੀ ਕੌਣ ਤਾਂ ਕਿੱਥੋਂ ਬੋਲ ਰਹੇ ਜੀ ਜੱਖੂ ਬੋਲ ਰਹੀ ਹਾਂ ਹਾਂਜੀ ਵਿਦਿਆ ਜੱਖੂ ਬੋਲ ਰਹੀ ਹਾਂ ਵਿਦਿਆ ਜੱਖੂ ਜੀ ਸਵਾਗਤ ਹੈ ਵਿਦਿਆ ਜੱਖੂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਜੀ ਜੀ ਮੈਂ ਜੀ ਵਧਾਈਆਂ ਦੇਣੀਆਂ ਸੀ ਮੈਂ ਕਿਹਾ ਤੁਹਾਨੂੰ ਤੁਹਾਡੇ ਪੂਰੇ ਪਰਿਵਾਰ ਨੂੰ ਜੀ ਜਿਹਨੇ ਵੀ ਮੇਰੇ ਵੀਰ ਭੈਣਾਂ ਸੁਣ ਰਹੇ ਆ ਸਾਰਿਆਂ ਨੂੰ ਹੀ ਜੀ ਜੀ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੋ ਜੀ ਆਪ ਜੀ ਵੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਸਾਡੇ ਵੱਲੋਂ ਹਾਂਜੀ ਥੈਂਕ ਯੂ ਜੀ ਵਿਚਾਰ ਸੁਣ ਰਹੇ ਸੀ ਸਾਰਿਆਂ ਦੇ ਹੀ ਜੀ ਤੇ ਮੈਂ ਸੋਚਿਆ ਕਿ ਮੈਂ ਵੀ ਨਵੇਂ ਸਾਲ ਤੇ ਇੱਕ ਕਵਿਤਾ ਬੋਲ ਦਵਾਂ ਜੀ ਲੈ ਕੇ ਆਓ ਜ਼ਰੂਰ ਅਸਾਂ ਡੀਕਦੇ ਰਹਿੰਦੇ ਤੁਸੀਂ ਆਉਂਦੇ ਨਹੀਂ ਜੀ ਭੈਣ ਜੀ ਤੁਸੀਂ ਬਹੁਤ ਪਿਆਰ ਦਿੰਦੇ ਆ ਜਦੋਂ ਵੀ ਅਸੀਂ ਆਉਂਦੇ ਉਦੋਂ ਕਹਿੰਦੇ ਕਿ ਅਸੀਂ ਉਡੀਕਦੇ ਰਹਿੰਦੇ ਆ ਨਹੀਂ ਅਸੀਂ ਘਰ ਵੀ ਗਾਣਾ ਬੱਚਿਆਂ ਨਾਲ ਵੀ ਕਰਦੇ ਰਹੇ ਤਾਂ ਅਸੀਂ ਅਸੀਂ ਇਸ ਕਰਕੇ ਵੀ ਵਿਦਿਆ ਜੀ ਉਡੀਕਦੇ ਆ ਵੀ ਤੁਹਾਡੀਆਂ ਕਵਿਤਾਵਾਂ ਵਿੱਚ ਕੁਝ ਹੁੰਦਾ ਆ ਅੱਛਾ ਚਲੋ ਬਹੁਤ ਮਿਲੇ ਵੀ ਮੈਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤੁਸੀਂ ਕਵਿਤਾਵਾਂ ਲਾਈਕ ਕਰਦੇ ਆ ਜੀ ਹਾਂਜੀ ਲੈ ਆਓ ਜੀ ਹਾਂਜੀ ਇਹ ਜੀ ਇਹਦਾ ਟਾਈਟਲ ਹੈਗਾ ਨਵਾਂ ਸਾਲ ਜੀ ਹਾਂਜੀ ਇਹ ਮੈਨੂੰ ਹੁਣੇ ਹੁਣੇ ਇੱਕ ਕਿਤਾਬ ਚੋਂ ਮਿਲੀ ਸੀਗੀ ਜੀ ਜੀ ਇਹ ਨਵੀਂ ਕਵਿਤਾ ਆ ਮੈਂ ਸੋਚਿਆ ਕਿ ਚਲੋ ਸ਼ੇਅਰ ਕਰ ਦਿੰਦੇ ਨਾਲੇ ਰਿਕਾਰਡ ਹੋ ਜਾਊਗੀ ਜੋ ਜਿਹੜੇ ਵੀ ਮਰਜ਼ੀ ਸੁਣ ਸਕਦੇ ਆ ਜੀ ਜੀ ਜ਼ਰੂਰ ਕਰਨੀ ਚਾਹੀਦੀ ਹਾਂਜੀ ਇਸ ਤਰ੍ਹਾਂ ਦੀ ਹੈ ਕੁਛ ਵੀ ਇਹ ਕਹਿੰਦੇ ਸਾਲ ਨਵਾਂ ਜਾਂ ਪੁਰਾਣਾ ਹੈ ਸਾਲ ਨਵਾਂ ਜਾਂ ਪੁਰਾਣਾ ਹੈ ਇਹਦਾ ਕੰਮ ਤੇ ਆਉਣਾ ਜਾਣਾ ਹੈ ਕੱਲ ਉਹ ਵੀ ਸਾਲ ਨਵਾਂ ਹੀ ਸੀ ਜੋ ਅੱਜ ਹੋ ਗਿਆ ਪੁਰਾਣਾ ਹੈ ਬਿਲਕੁਲ ਹਾਂਜੀ ਥੈਂਕ ਯੂ ਜੀ ਕਹਿੰਦੇ ਜੋ ਲੰਘ ਗਿਆ ਸੋ ਲੰਘ ਗਿਆ ਜੋ ਲੰਘ ਗਿਆ ਸੋ ਲੰਘ ਗਿਆ ਜੋ ਅੱਜ ਹੈ ਉਸਨੂੰ ਮਾਣ ਲਵੋ ਜੀ ਪੁਤਲੇ ਤਾਂ ਵੱਖਰੇ ਵੱਖਰੇ ਨੇ ਤੁਸੀਂ ਖੂਨ ਦਾ ਰੰਗ ਪਹਿਚਾਣ ਲਵੋ ਜੀ ਜੀ ਹਾਂਜੀ ਕਹਿੰਦੇ ਇਹ ਜ਼ਿੰਦਗੀ ਬੁਲਬੁਲਾ ਪਾਣੀ ਦਾ ਇਹ ਜ਼ਿੰਦਗੀ ਬੁਲਬੁਲਾ ਪਾਣੀ ਦਾ ਇਹਨੇ ਪਲ ਦੇ ਵਿੱਚ ਘੁਲ ਜਾਣਾ ਏ ਕੱਲ ਉਹ ਵੀ ਸਾਲ ਨਵਾਂ ਹੀ ਸੀ ਜੋ ਅੱਜ ਹੋ ਗਿਆ ਪੁਰਾਣਾ ਹੈ ਜੀ ਅੱਗੇ ਆ ਜੀ ਕਹਿੰਦੇ ਕਿਸੇ ਹੱਸ ਦੇ ਨਾਲ ਹੱਸ ਲਈਏ ਜੀ ਕਿਸੇ ਹੱਸ ਦੇ ਨਾਲ ਹੱਸ ਲਈਏ ਕੋਈ ਰੋਂਦਾ ਚੁੱਪ ਕਰਾ ਲਈਏ ਜੀ ਸੱਚ ਦਾ ਪੱਲਾ ਫੜ ਫੜ ਕੇ ਤੇ ਇੱਕ ਦੁਨੀਆ ਨਵੀਂ ਬਣਾ ਲਈਏ ਬਿਲਕੁਲ ਹਾਂਜੀ ਥੈਂਕ ਯੂ ਜੀ ਕਹਿੰਦੇ ਕੋਈ ਕਿਸੇ ਦਾ ਖਾਂਦਾ ਨਹੀਂ ਕੋਈ ਕਿਸੇ ਦਾ ਖਾਂਦਾ ਨਹੀਂ ਹਰ ਇੱਕ ਨੇ ਆਪਣਾ ਖਾਣਾ ਏ ਕੱਲ ਇਹ ਵੀ ਸਾਲ ਨਵਾਂ ਹੀ ਸੀ ਜੋ ਅੱਜ ਹੋ ਗਿਆ ਪੁਰਾਣਾ ਹੈ ਬਿਲਕੁਲ ਆਖਰੀ ਪਹਿਰਾ ਆ ਜੀ ਕਹਿੰਦੇ ਸ਼ੁਭ ਇਸ਼ਾਮਾਂ ਨਵੇਂ ਬਰੇ ਦੀਆਂ ਜੀ ਸ਼ੁਭ ਇਸ਼ਾਮਾਂ ਨਵੇਂ ਬਰੇ ਦੀਆਂ ਰੱਬ ਐਸੀ ਕਰਨੀ ਕਰ ਦੇਵੇ ਰੋਗੀਆਂ ਦੇ ਕੱਟੇ ਰੋਗਸ਼ਾਲਾ ਬੇਘਰਿਆਂ ਨੂੰ ਕਰ ਦੇਵੇ ਜੀ ਬੇਘਰਿਆਂ ਨੂੰ ਕਰ ਦੇਵੇ ਹਰ ਇੱਕ ਨੂੰ ਖੁਸ਼ੀਆਂ ਦੇ ਦੇਵੇ ਹਰ ਇੱਕ ਨੂੰ ਖੁਸ਼ੀਆਂ ਦੇ ਦੇਵੇ ਤੇ ਖਾਲੀ ਝੋਲੀਆਂ ਭਰ ਦੇਵੇ ਜੀ ਗਏ ਨੂੰ ਅਲਵਿਦਾ ਕਹਿ ਕੇ ਤੂੰ ਗਏ ਨੂੰ ਪੁਰਾਣੇ ਗਏ ਸਾਲ ਨੂੰ ਅਲਵਿਦਾ ਕਹਿ ਕੇ ਤੂੰ ਆਏ ਨਵੇਂ ਸਾਲ ਨੂੰ ਗਲ ਲਾਣਾ ਏ ਆਏ ਨਵੇਂ ਸਾਲ ਨੂੰ ਗਲ ਲਾਣਾ ਏ ਕੱਲ ਉਹ ਵੀ ਸਾਲ ਨਵਾਂ ਹੀ ਸੀ ਜੋ ਅੱਜ ਹੋ ਗਿਆ ਪੁਰਾਣਾ ਏ ਇਹ ਸੀ ਜੀ ਕਵਿਤਾ ਜੀ 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 ਹਾਂਜੀ ਹਾਂਜੀ ਸੁਣ ਰਹੇ ਭਾਜੀ ਇਹ ਸੀ ਕਵਿਤਾ ਜੀ ਇਹ ਮਨਜੀਤ ਪੱਡਾ ਜੀ ਦੀ ਲਿਖੀ ਹੋਈ ਸੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਹਾਂਜੀ ਭਾਜੀ ਬਹੁਤ ਖੁਸ਼ੀ ਹੁੰਦੀ ਹੁੰਦੀ ਤੁਹਾਡੇ ਪ੍ਰੋਗਰਾਮ ਚ ਆ ਕੇ ਤੁਸੀਂ ਬਹੁਤ ਮਾਣ ਦਿੰਦੇ ਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆ ਵੀ ਸਾਡਾ ਵੀ ਭੈਣ ਜੀ ਦਿਲ ਖੁਸ਼ ਹੋ ਜਾਂਦਾ ਜਦੋਂ ਤੁਹਾਡੇ ਵਰਗੇ ਲੋਕ ਆਉਂਦੇ ਔਰ ਗੱਲਾਂ ਬਾਤਾਂ ਕਰਦੇ ਆ ਨਹੀਂ ਨਹੀਂ ਆਪਾਂ ਵੀ ਹਰ ਰੋਜ਼ ਹੀ ਵੀਰ ਜੀ ਇੱਕ ਦੂਜੇ ਤੋਂ ਸਿੱਖਦੇ ਆ ਸਿੱਖਣ ਨੂੰ ਮਿਲਦਾ ਜੀ ਹਾਂਜੀ ਹਰ ਰੋਜ਼ ਹੀ ਮੈਂ ਕਹਿੰਦੀ ਆ ਕਿ ਜਿਹੜਾ ਇਨਸਾਨ ਬਾਬਾ ਸਾਹਿਬ ਨੇ ਕਿਹਾ ਸੀਗਾ ਇਨਸਾਨ ਉਹੀ ਸਿੱਖਦਾ ਉਹੀ ਤਰੱਕੀ ਕਰਦਾ ਜਿਹਦਾ ਇਰਾਦਾ ਹੋਵੇ ਜੀ ਇਹ ਡਾਕਟਰ ਅੰਬੇਡਕਰ ਜੀ ਦਾ ਮੈਸੇਜ ਬਿਲਕੁਲ ਬਿਲਕੁਲ ਹਾਂਜੀ ਸਾਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ ਉਹ ਹਰ ਵੇਲੇ ਸਾਨੂੰ ਕੁਛ ਨਾ ਕੁਛ ਸਿੱਖਣਾ ਚਾਹੀਦਾ ਉਹਦੇ ਨਾਲ ਨਾਲ ਇੱਕ ਤਾਂ ਤੁਹਾਡੀ ਸੋਚ ਵੱਧਦੀ ਆ ਬਿਲਕੁਲ ਇੱਕ ਤੁਸੀਂ ਖੁਸ਼ ਰਹਿੰਦੇ ਆ ਇੱਕ ਪਤਾ ਲੱਗਦਾ ਕਿ ਦੁਨੀਆ ਤੇ ਕੀ ਹੋ ਰਿਹਾ ਆ ਬਿਲਕੁਲ ਬਿਲਕੁਲ ਹਾਂਜੀ ਨਵੀਂ ਜਿਹੜੀ ਇਨਫੋਰਮੇਸ਼ਨ ਉਹ ਇਕੱਠੀ ਹੋਣੀ ਚਾਹੀਦੀ ਦਿਮਾਗ ਦੇ ਅੰਦਰ ਹਾਂਜੀ ਹਰ ਰੋਜ਼ ਇਕੱਠੀ ਹੋਣੀ ਚਾਹੀਦੀ ਹੈ ਨਹੀਂ ਤਾਂ ਆਪਾਂ ਉਹ ਹੀ ਆਲੇ ਵਾਲੀ ਚਿੱਠੀ ਪੜ੍ਹੀ ਜਾਣੀ ਆ ਜਿੰਨਾ ਇਹਨੂੰ ਵਰਤਦੇ ਜੀ ਉਨਾ ਹੀ ਵਾਧਾ ਹੈ
ਹਾਂਜੀ ਬਿਲਕੁਲ ਜੀ ਤੁਹਾਡਾ ਧੰਨਵਾਦ ਵੀਰ ਜੀ ਤੁਸੀਂ ਟਾਈਮ ਦਿੱਤਾ ਵੀਰ ਜੀ ਥੈਂਕ ਯੂ ਜੀ ਥੈਂਕ ਯੂ ਹੋਰ ਮੈਂ ਇਹ ਕਹਿਣਾ ਚਾਹੁੰਦੀ ਸੀ ਹਾਂਜੀ ਸਤਿਆ ਬੈਡਪੁਰ ਤੋਂ ਉਹਨਾਂ ਨੇ ਟੈਲੀਫੋਨ ਕੀਤਾ ਸੀਗਾ ਹਾਂਜੀ ਤੇ ਉਹਨਾਂ ਦੇ ਘਰ ਦੇ ਪਰਿਵਾਰ ਦੇ ਵਿੱਚ ਜਨਮ ਦਿਨ ਆ ਬੱਚਿਆਂ ਦਾ ਉਹਨਾਂ ਦਾ ਵੀ ਆਪਣਾ ਵੀ ਉਹਨਾਂ ਦਾ ਵੀ ਆਪਣਾ ਆ ਹਾਂਜੀ ਹਾਂਜੀ ਮੈਂ ਥੋੜਾ ਸੁਣਿਆ ਸੀ ਮੈਂ ਉਹਨਾਂ ਨੂੰ ਵੀ ਬਹੁਤ ਦਿਲੋਂ ਵਧਾਈ ਦਿੰਦੀ ਹਾਂ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਪਹੁੰਚ ਗਏ ਉਹਨਾਂ ਨੂੰ ਸੁਣਦੇ ਹਾਂਜੀ ਵੀਰ ਜੀ ਤੁਹਾਡਾ ਧੰਨਵਾਦ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਖਿਆਲ ਰੱਖਿਓ ਜੀ ਨਵੇਂ ਸਾਲ ਦੀ ਸਾਰਿਆਂ ਨੂੰ ਵਧਾਈ ਹੋਵੇ ਬਹੁਤ ਬਹੁਤ ਸਾਡੇ ਵੱਲੋਂ ਹਾਂਜੀ ਕਦੇ ਕਦੇ ਇਹ ਗੱਲਾਂ ਬਾਤਾਂ ਇੱਦਾਂ ਹੁੰਦੀਆਂ ਤਾਂ ਸਾਡਾ ਵੀ ਪ੍ਰੋਗਰਾਮ ਇੱਦਾਂ ਹੁੰਦਾ ਸਾਡੇ ਕੋਲ ਵੀ ਬੜਾ ਸਾਰਾ ਬੜਾ ਕੁਛ ਹੁੰਦਾ ਕਰਨ ਲਈ ਕਹਿਣ ਲਈ ਜੀ ਇੱਦਾਂ ਲੱਗਦਾ ਵੀ ਕਿ ਘੰਟਾ ਬੜਾ ਛੇਤੀ ਮੁੱਕ ਚੱਲਿਆ ਔਰ ਅਸੀਂ 2 ਘੰਟੇ ਦਾ ਪ੍ਰੋਗਰਾਮ ਕਰੀਏ ਇਹ ਪਰ ਕਿਉਂਕਿ ਉਹ ਤੋਂ ਬਾਅਦ ਸਾਡੇ ਮਗਰੋਂ ਭੁਪਿੰਦਰ ਹੀਰ ਜੀ ਲੰਡਨ ਤੋਂ ਆ ਜਾਂਦੇ ਆ ਅਤੇ ਉਹ ਵੀ ਕਰਨਾ ਹੁੰਦਾ ਪ੍ਰੋਗਰਾਮ ਉਹਨਾਂ ਨੂੰ ਤਾਂ ਅਸੀਂ ਸਟੋਪ ਨਹੀਂ ਕਰ ਸਕਦੇ ਪਰ ਗੱਲ ਇਹ ਆ ਵੀ ਗੱਲ ਸਾਡੀ ਵਿੱਚ ਵਿਚਾਲੇ ਫਿਰ ਲੈ ਕੇ ਅਸੀਂ ਚਲੇ ਜਾਂਦੇ ਹਾਂ ਹੁਣ ਆਪਾਂ ਜਾਂਦੇ ਕੋਲਵਾਲ ਜੀ ਚਲੋ ਹੈਲੋ ਜੀ ਮੂਹਰੇ ਕਰ ਦਿੰਦਾ ਇੱਦਾਂ ਵੀ ਦੇਖ ਲਓ ਤੁਹਾਡਾ ਨਾਮ ਲਿਖਿਆ ਜੇ ਤੁਸੀਂ ਨਾਮ ਵੀ ਫੋਨ ਕਰਦੇ ਮੈਂ ਤਾਂ ਵੀ ਕਹਿਣਾ ਸੀ ਤੁਹਾਡਾ ਨਾਮ ਲੈਣਾ ਸੀ ਨਵੇਂ ਸਾਲ ਦੀ ਵਧਾਈਆਂ ਦੇਣ ਵਾਸਤੇ ਕੀਤਾ ਹਾਂਜੀ ਕ੍ਰਿਸਮਸ ਤਾਂ ਲੰਘ ਗਈ ਸੀ ਕੋਈ ਟਾਈਮ ਨਹੀਂ ਲੱਗਾ ਹਾਂਜੀ ਠੀਕ ਹੈ ਤੇ ਬਹੁਤ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਦੇਖ ਕੇ ਪਰਮਾਤਮਾ ਤੁਹਾਨੂੰ ਰਾਜ਼ੀ ਰੱਖੇ ਔਰ ਨਵਾਂ ਸਾਲ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਬਹੁਤ ਵਧੀਆ ਹੈ ਜੀ ਜੀ ਆਪ ਜੀ ਲਈ ਵੀ ਜੀ ਧੰਨਵਾਦ ਜੀ ਹਾਂਜੀ ਬੇਟਾ ਸਾਹਿਬ ਵਧਾਈਆਂ ਦੇ ਕੇ ਚੱਲ ਗਿਆ ਅੱਜ ਬਾਕੀਆਂ ਦੇ ਉੱਪਰ ਦੀ ਲੰਘ ਜਾਂਦੀਆਂ ਹਾਂਜੀ ਪਤਾ ਨੀ ਲੱਗਦਾ ਵੀ ਉਹ ਕਹਿਣਾ ਕੀ ਚਾਹੁੰਦੇ ਆ ਪਤਾ ਲੱਗਦਾ ਉਹ ਜਿੱਦਾਂ ਸਮਝਾਉਂਦੇ ਤਾਂ ਬਹੁਤ ਆ ਪੜ੍ਹੇ ਲਿਖੇ ਲੋਕਾਂ ਨਾਲ ਵੀ ਗੱਲਬਾਤ ਕਰਦਾ ਜਦੋਂ ਤੋਂ ਸਮਝਦਾ ਉਹ ਕਹਿੰਦੇ ਵੀ ਅਸੀਂ ਆਹ ਕੁਛ ਕਹਿ ਸਕਦੇ ਹਾਂ ਕੁਛ ਨਹੀਂ ਕਹਿ ਸਕਦੇ ਟੀਵੀ ਦੇ ਉੱਤੇ ਆ ਕੇ ਹਨਾ ਸੋ ਮਿੱਡਾ ਸਾਹਿਬ ਨੇ ਇਸ਼ਾਰੇ ਤਾਂ ਬਹੁਤ ਡੂੰਘੇ ਕੀਤੇ ਪਰ ਇਸ਼ਾਰੇ ਸਮਝਣ ਲਈ ਵੀ ਮੋਹਰੇ ਸਮਝਣ ਵਾਲਾ ਵੀ ਕੋਈ ਚਾਹੀਦਾ ਹਾਂਜੀ ਥੈਂਕ ਯੂ ਮਿੱਡਾ ਸਾਹਿਬ ਤੁਹਾਡੀਆਂ ਜਿਹੜੀਆਂ ਗੱਲਾਂ ਸਾਡੇ ਉੱਤੇ ਅਮਲ ਕਰਦੀਆਂ ਹੈਲੋ ਜੀ ਹਾਂਜੀ ਸਤਿਕਾਰਯੋਗ ਭੈਣ ਜੀ ਸਿਮਰਜੀਤ ਕੌਰ ਚਾਲ ਬੋਲਦੀ ਆ ਸਵਾਗਤ ਜੀ ਬਹੁਤ ਚਿਰਾਂ ਬਾਅਦ ਸਿਮਰਜੀਤ ਜੀ ਆਏ ਆ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਤਾਂ ਹੋਰ ਤੰਦਰੁਸਤ ਆ ਸਾਰੇ ਹਾਂਜੀ ਠੀਕ ਆ ਭੈਣ ਜੀ ਜੀ ਵਧਾਈਆਂ ਤੁਹਾਨੂੰ ਤੇ ਸਭ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਚਿਰਾਂ ਬਾਅਦ ਆਏ ਜੀ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਹਾਂਜੀ ਬਹੁਤ ਚਿਰਾਂ ਬਾਅਦ ਠੀਕ ਠਾਕ ਸੀਗੇ ਕੀ ਗੱਲ ਕੋਈ ਰੁਕਾਵਟ ਤਾਂ ਲੱਗੀ ਨਹੀਂ ਇਧਰੋਂ ਨਹੀਂ ਕੋਈ ਰੁਕਾਵਟ ਨਹੀਂ ਮੈਂ ਇੰਡੀਆ ਨੂੰ ਗਈ ਸੀ ਭਾਜੀ ਅੱਛਾ ਜੀ ਹਾਂਜੀ ਠੀਕ ਠਾਕ ਸੀ ਸਾਰਾ ਹਾਂ ਸਭ ਕੁਝ ਠੀਕ ਠਾਕ ਹੈ ਆਪਾਂ ਠੰਡ ਆ ਅੱਛਾ ਜੀ ਹਾਂ ਠੰਡ ਤਾਂ ਹੈਗਾ ਫਿਰ ਉੱਥੇ 2 ਮਹੀਨੇ ਹੁੰਦੀ ਆ ਹਾਂਜੀ 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 ਤੇ ਜਿੰਨੇ ਵੀ ਮੇਰੇ ਭੈਣ ਭਰਾ ਆਏ ਆ ਬਹੁਤ ਅੱਛੇ ਵਿਚਾਰ ਦੇ ਕੇ ਗਏ ਆ ਜੀ ਤੇ ਭੈਣ ਜੀ ਉਹਨਾਂ ਨੂੰ ਮੈਂ ਵਧਾਈਆਂ ਦਿੰਦੀ ਉਹਨਾਂ ਦਾ ਵੀ ਅੱਜ ਜਨਮ ਦਿਨ ਆ ਉਹਨਾਂ ਦੇ ਬੱਚਿਆਂ ਦਾ ਵੀ ਜਨਮ ਦਿਨ ਆ ਸਤਿਆ ਭੈਣ ਜੀ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦੀ ਆ ਮਹੀਨੇ ਜਨਮ ਦਿਨ ਦਾ ਜੀ ਉਧਰ ਹਾਂਜੀ ਦੋ ਪੋਤੀਆਂ ਦਾ ਇੱਕ ਪੋਤੇ ਦਾ ਤੇ ਭੈਣ ਜੀ ਦਾ ਆਪਾਂ ਵਧਾਈਆਂ ਵੀ ਜੇ ਲਈ ਜਾਣੀਆਂ ਤਾਂ ਦੂਜੀ ਤਰ੍ਹਾਂ ਵੀ ਆਪਾਂ ਕਰਾਂਗੇ ਗੱਲ ਉਹਨਾਂ ਨਾਲ ਹਾਂਜੀ ਹਾਂਜੀ ਤੇ ਫਿਰ ਪੂਜਾ ਥਾਪਰ ਭੈਣ ਜੀ ਤਾਂ ਉਹ ਤਾਂ ਕਲਾਕਾਰ ਆ ਹਾਂਜੀ ਤੁਸੀਂ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਉਹ ਸ਼ਬਦ ਗੀਤ ਬੋਲ ਕੇ ਗਏ ਸ਼ਬਦ ਹਾਂਜੀ ਸਿਮਰਜੀਤ ਜੀ ਤੁਸੀਂ ਕਦੋਂ ਆਏ ਮੁੜ ਕੇ ਇੰਡੀਆ ਤੋਂ ਅਸੀਂ 31 ਦਸੰਬਰ ਨੂੰ ਆਏ ਸੀਗੇ ਭਾਜੀ ਆਹ ਹੁਣੇ ਆਏ ਅੱਛਾ ਜੀ ਠੀਕ ਆ ਹਾਂਜੀ ਹਾਂਜੀ ਸੁਣਾਓ ਕੋ ਉੱਥੇ ਦੀ ਗੱਲਬਾਤ ਹਾਂਜੀ ਉੱਥੇ ਦੀ ਗੱਲਬਾਤ ਇਹ ਆ ਵੀ ਜਿੰਨਾ ਇੱਥੇ ਆਪਾਂ ਇੱਕ ਦੂਸਰੇ ਨੂੰ ਗਿਆਨ ਵੰਡਦੇ ਆ ਹਾਂਜੀ ਇਹਨਾਂ ਗਿਆਨ ਉੱਥੇ ਨਹੀਂ ਹੈਗਾ ਅੱਛਾ ਉਹ ਤਾਂ ਫਿਰ ਉੱਥੇ ਹਰੇਕ ਗੱਲ ਦਾ ਪਤਾ ਲੱਗਦਾ ਉੱਥੇ ਭੈਣ ਜੀ ਸਹੂਲਤਾਂ ਦਾ ਫਰਕ ਆ ਹਾਂਜੀ ਹਾਂਜੀ ਇੱਥੇ ਆਪਣੇ ਕੋਲ ਸਹੂਲਤਾਂ ਜਾਂ ਸਿਸਟਮ ਇਦਾਂ ਦਾ ਬਣ ਗਿਆ ਹੈਗਾ ਕਿ ਆਪਾਂ ਇੱਥੋਂ ਆਪਾਂ ਅਨਾਉਂਸ ਕਰ ਸਕਦੇ ਕੋਈ ਵੀ ਗੱਲਬਾਤ ਹਾਂਜੀ ਹਾਂਜੀ ਆਪਾਂ ਨੂੰ ਇੱਕ ਦੂਸਰੇ ਨੂੰ ਖਬਰ ਹੈ ਇੱਥੇ ਇੱਕਦਮ ਪਹੁੰਚ ਜਾਂਦੀ ਆ ਹਾਂ ਥੋੜੀ ਬਹੁਤੀਆਂ ਜੇਬਾਂ ਵੀ ਠੀਕ ਠਾਕ ਹੈ ਤਾਂ ਵੀ ਛੇਤੀ ਪਤਾ ਲੱਗ ਜਾਂਦਾ ਹਾਂਜੀ ਉੱਥੇ ਨਹੀਂ ਹੈਗਾ ਇੱਦਾਂ ਕੋਈ ਵੀ ਦੱਸਦਾ ਉੱਥੇ ਵੱਧ ਤੋਂ ਵੱਧ ਪਹਿਲਾਂ ਤਾਂ ਉਹ ਗੁਰੂ ਘਰਾਂ ਦੇ ਵਿੱਚ ਉਹ ਗੱਲ ਪਹੁੰਚਾਉਣੀ ਚਾਹੀਦੀ ਆ ਇੰਪੋਰਟੈਂਟ ਉਹ ਫਿਰ ਗੁਰੂ ਘਰਾਂ ਦੇ ਵਿੱਚੋਂ ਫਿਰ ਪਬਲਿਕ ਨੂੰ ਮਿਲੂਗੀ ਹਾਂਜੀ ਹਾਂਜੀ ਇਦਾਂ ਦਾ ਉੱਥੇ ਸਿਸਟਮ ਨਹੀਂ ਹੈਗਾ ਉੱਥੇ ਹੋਰ ਗੱਲਬਾਤ ਚੱਲਦੀ ਹੈ ਇੱਧਰ ਗੱਲਬਾਤ ਹੋਰ ਚੱਲਦੀ ਆ ਇੱਕ ਆਪਾਂ ਇੱਕ ਵੱਡੇ ਅੰਬਰੇਲੇ ਦੇ ਵਿੱਚ ਬੈਠੇ ਹਾਂ ਜਿੱਥੋਂ ਸਾਰੀ ਦੁਨੀਆ ਨੂੰ ਦੇਖਦੇ ਹਾਂ ਹਾਂਜੀ ਹਾਂਜੀ ਇਹ ਤਾਂ ਹਾਂਜੀ ਤੇ ਮੈਂ ਇੱਧਰ ਆਵਾਂ ਹੁਣ ਭਾਜੀ ਜੀ ਲੈ ਆਓ ਜੀ ਕਵਤਾ ਬਾ ਲਾਵਾਂ ਜੀ
ਨਵੇਂ ਸਾਲ ਦੇ ਆ ਸੂਰਜਾ ਮਾਘ ਸਾਹਿਬ ਦੇ ਵਿਹੜੇ ਜੀ ਨਵੇਂ ਸਾਲ ਦੇ ਆ ਸੂਰਜਾ ਮਾਘ ਸਾਹਿਬ ਦੇ ਵਿਹੜੇ ਮੁੱਕਣ ਹਨੇਰੇ ਕਾਲਖਾਂ ਹੋ ਜਾਣ ਸਵੇਰੇ ਜੀ ਨਵੇਂ ਸਾਲ ਦੀਏ ਸਰਗੀਏ ਦਮਕਾਵੇ ਲਾਲੀ ਹਰ ਮਾਲੀ ਦੇ ਬਾਗ ਚੋਂ ਝਲਕੇ ਹਰਿਆਲੀ ਹਰ ਮਾਲੀ ਦੇ ਬਾਗ ਚੋਂ ਝਲਕੇ ਹਰਿਆਲੀ ਵੰਡਣ ਖੁਸ਼ਬੋ ਇਲਮ ਦੀ ਫੁੱਲ ਖਿੜਨ ਚਫੇਰੇ ਮੁੱਕਣ ਹਨੇਰੇ ਕਾਲਖਾਂ ਹੋ ਜਾਣ ਸਵੇਰੇ ਜੀ ਨਵੇਂ ਸਾਲ ਦੀਏ ਆਥਣੇ ਮੈਂ ਬੈਠਣ ਸਭੇ ਹਰ ਬਾਵਲ ਦੀ ਧੀ ਨੂੰ ਬਾਰਹਾਣੀ ਲੱਭੇ ਜੀ ਬੇੜੇ ਵਿਚਰਨ ਜੋੜੀਆਂ ਲੈ ਹੱਸਦੇ ਚਿਹਰੇ ਮੁੱਕਣ ਹਨੇਰੇ ਕਾਲਖਾਂ ਹੋ ਜਾਣ ਸਵੇਰੇ ਜੀ ਨਵੇਂ ਸਾਲ ਦੇ ਤਾਰਿਓ ਰਲ ਖੁਸ਼ੀ ਮਨਾਈਏ ਜੀ ਤੀਆਂ ਤੇ ਤ੍ਰਿੰਜਣਾ ਨਾ ਕਤਲ ਕਰਾਈਏ ਗਾਰਕਣ ਨਸ਼ਿਆਂ ਵਿੱਚ ਨਾ ਸਾਡੇ ਦੁੱਲੇ ਸ਼ੇਰੇ ਮੁੱਕਣ ਹਨੇਰੇ ਕਾਲਖਾਂ ਹੋ ਜਾਣ ਸਵੇਰੇ ਨਵੇਂ ਸਾਲ ਦੀਏ ਮਜਾਲਸੇ ਤੇਰੀ ਸੋਭਾ ਖਾਸੀ ਪੁੱਤ ਕਿਸੇ ਦਾ ਮਰੇ ਨਾ ਕਦੇ ਬਣ ਪਰਵਾਸੀ ਮੇਰੇ ਨੌਕਰੀ ਸਭ ਨੂੰ ਮਾਪਿਆਂ ਦੇ ਨੇੜੇ ਮੁੱਕਣ ਹਨੇਰੇ ਕਾਲਖਾਂ ਹੋ ਜਾਣ ਸਵੇਰੇ ਮੁੱਕਣ ਹਨੇਰੇ ਕਾਲਖਾਂ ਹੋ ਜਾਣ ਸਵੇਰੇ ਇਹ ਨਵੇਂ ਸਾਲ ਤੇ ਮੈਂ ਚਾਹੋਗੇ ਮੇਰੇ ਕੋਲ ਬੜਾ ਕੁਛ ਕਹਿਣ ਲਿਆ ਜੇ ਚੱਲ ਪਿਆ ਤਾਂ ਫਿਰ ਮੈਂ ਕਹਿੰਦਾ ਦੋ ਚਾਰ ਮਿੰਟ ਮੈਨੂੰ ਫਿਰ ਲੱਗਣੇ ਚਾਹੀਦੇ ਆ ਲਗਾਤਾਰ ਤਾਂ ਫਿਰ ਗੱਲ ਪਹੁੰਚਦੀ ਹੈਗੀ ਸਾਲ ਹੋਰ ਨਿਕਲ ਗਿਆ ਜੀ ਤੇ ਸੋਚੀਏ ਵੀ ਪਿਛਲੇ ਸਾਲ ਕੀ ਅਸੀਂ ਕਰ ਸਕੇ ਆ ਕੋਈ ਚੰਗਾ ਕੀਤਾ ਅਸੀਂ ਹਾਂਜੀ ਕੇ ਮਾੜਿਆਂ ਨਾਲ ਹੀ ਖੇਡਦੇ ਖੂਡਦੇ ਰਹੇ ਆ ਹਾਂਜੀ ਹਾਂਜੀ ਭਾਜੀ ਮੇਰੇ ਦਿਲ ਦੇ ਵਿੱਚ ਇੱਕ ਗੱਲ ਜਾਂਦੀ ਆ ਕਹਿ ਦਿਓ ਬਸ ਸੀਗਾ ਹਾਂਜੀ ਕਹਿ ਦਿਓ ਵੀ ਜੇ ਰੱਬ ਤੌਫੀਕ ਦੇਵੇ ਹਿੰਮਤ ਦੇਵੇ ਤੇ ਇਹ ਸਾਲ ਦੇ ਵਿੱਚ ਰੈਜ਼ੋਲਿਊਸ਼ਨ ਤਾਂ ਸਾਰੇ ਬਣਾਉਂਦੇ ਆਪਣੇ ਵਾਸਤੇ ਹਨਾ ਜੀ ਕਿ ਮੈਂ ਮਿੱਠਾ ਨਹੀਂ ਖਾਣਾ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਜੀ ਜੀ ਮੈਂ ਸੋਚਦਾ ਸੀਗਾ ਵੀ ਦੇਖੋ ਆਪਣੇ ਕੋਲ ਪਲੇਟਫਾਰਮ ਆ ਬਹੁਤ ਵਧੀਆ ਇਹ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਆਪਣੇ ਬੰਦੇ ਸੁਣਦੇ ਆ ਨਾ ਜੀ ਬਿਲਕੁਲ ਉਹ ਕੁਛ ਨਾ ਕੁਛ ਉਹਦੇ ਪੱਲੇ ਪੈਣਾ ਚਾਹੀਦਾ ਜੀ ਜੀ ਇਹ ਨਹੀਂ ਵੀ ਅਸੀਂ ਕਹੀਏ ਵੀ ਅਸੀਂ ਆਹ ਛੱਡ ਦਿਆਂਗੇ ਆਪਣਾ ਅਸੀਂ ਆਹ ਕਰਨਾ ਦੇਖੀਏ ਵੀ ਅਸੀਂ ਮਨੁੱਖਤਾ ਵਾਸਤੇ ਕੀ ਕਰ ਸਕਦੇ ਬਿਲਕੁਲ ਜੀ ਇਹ ਜ਼ਰੂਰੀ ਆ ਭਾਜੀ ਮੈਂ ਇਹ ਸੋਚਦਾ ਸੀਗਾ ਦੇਖੋ ਜ਼ਿੰਦਗੀ ਦਾ ਭਾਜੀ ਕੋਈ ਪਤਾ ਨਹੀਂ ਅੱਗੇ ਵੀ ਜਾ ਕੇ ਮੂੰਹ ਦਿਖਾਉਣਾ ਜੇ ਇੱਥੇ ਮੈਂ ਗੱਲਾਂ ਕਰਕੇ ਚਲਾ ਗਿਆ ਤੇ ਅੱਗੇ ਜਾ ਕੇ ਕੀ ਕਵਾਂਗੇ ਰੱਬ ਨੂੰ ਵੀ ਐਵੇਂ ਬਸ ਝੱਖੜੀ ਮਾਰਦੇ ਰਹੇ ਦੁਨੀਆਂ ਤੇ ਜੀ ਕੀ ਕੀਤਾ ਮਨੁੱਖਤਾ ਵਾਸਤੇ ਮੈਂ ਭਾਜੀ ਕਾਉਂਸਲਿੰਗ ਕਰਨ ਦੇ ਵਿੱਚ ਮੈਨੂੰ ਰੱਬ ਨੇ ਥੋੜਾ ਜਿਹਾ ਨਾ ਜੀ ਹਾਂਜੀ ਇੱਕ ਖਾਸ ਪਾਵਰ ਦਿੱਤੀ ਆ ਅੱਛਾ ਨੀਡ ਮੇਰੀ ਕੁਛ ਨੀ ਭਾਜੀ ਬਿਲਕੁਲ ਕੁਛ ਨੀ ਮੈਨੂੰ ਕੀ ਚਾਹੀਦਾ ਔਰ ਉਸਦੇ ਉੱਤੇ ਲੱਗਾ ਮੈਨੂੰ ਦੋ ਰੋਟੀਆਂ ਚਾਹੀਦੀਆਂ ਬਸ ਤੇ ਜਿਹੜੀਆਂ ਕਿ ਰੱਬ ਨੇ ਦੇਣੀਆਂ ਉਹਦਾ ਵਾਅਦਾ ਜੀ ਸਾਡੇ ਨਾਲ ਜੀ ਭੁੱਖਿਆਂ ਠਾਉਂਦਾ ਜ਼ਰੂਰ ਆ ਮਗਰ ਸੌਂਦਾ ਨਹੀਂ ਉਹ ਭੁੱਖਿਆਂ ਤੇ ਜੇ ਭਾਜੀ ਕੋਈ ਏਦਾਂ ਦਾ ਆਪਾਂ ਕੋਈ ਸ਼ੋਅ ਕੋਈ ਅਰੇਂਜ ਕਰੀਏ ਇਹਦੇ ਵਿੱਚ ਮੈਂ ਤੁਹਾਡੇ ਨਾਲ ਕਿਸੇ ਵੇਲੇ ਗੱਲ ਕਰੂੰਗਾ ਜੀ ਨੈਕਸਟ ਵੀਕ ਮੇਰੇ ਕੋਲ ਇੱਕ ਦੋ ਤਿੰਨ ਪਲਾਨ ਹੈਗੇ ਆ ਜੀ ਕਾਉਂਸਲਿੰਗ ਵਾਸਤੇ ਹੈ ਨਾ ਜੀ ਦੱਸਿਓ ਕਿੱਦਾਂ ਦੀ ਕਾਉਂਸਲਿੰਗ ਕਰਨੀ ਚਾਹੁੰਦੇ ਆ ਇਹ ਚੰਦ ਇੱਕ ਚੀਜ਼ਾਂ ਵਾਂ ਇਹ ਮੈਂਸ਼ਨ ਮੈਂ ਟੀਵੀ ਤੇ ਨਹੀਂ ਕਰ ਸਕਦਾ ਆਪਾਂ ਨੈਕਸਟ ਵੀਕ ਹੈ ਨਾ ਮੈਂ ਕਿਸੇ ਵੇਲੇ ਫੋਨ ਕਰੂੰਗਾ ਜੀ ਤੇ ਆਪਾਂ ਉਹਦੇ ਚੋਂ ਕੁਝ ਡਿਸਾਈਡ ਕਰਕੇ ਨਾ ਜੀ ਤੇ ਆਪਣਾ ਬੇਸ ਤੇ ਹੈਗਾ ਫਸਟ ਕਲਾਸ ਆਪਣੇ ਕੋਲ ਕਿਉਂਕਿ ਕੋਈ ਬੰਦਾ ਸਾਹਮਣੇ ਆਉਣਾ ਚਾਹੂਗਾ ਉਸ ਕਾਉਂਸਲਿੰਗ ਵਾਸਤੇ ਕੋਈ ਨਹੀਂ ਆਉਣਾ ਚਾਹੂਗਾ ਤੁਸੀਂ ਮੇਰਾ ਫੋਨ ਨੰਬਰ ਲੈ ਲਿਓ ਗੱਲਬਾਤ ਕਰ ਲਿਓ ਸਟੂਡੀਓ ਤੋਂ ਨੰਬਰ ਲੈ ਸਕਦੇ ਤੁਸੀਂ ਕੋਈ ਸੰਗ ਦਾ ਬੰਦਾ ਨਹੀਂ ਵੀ ਆਉਣਾ ਚਾਹੁੰਦਾ ਮਗਰ ਸਾਡਾ ਕੰਮ ਇਹ ਆ ਵੀ ਜੇ ਸਾਨੂੰ ਰੱਬ ਨੇ ਕੁਛ ਦਿੱਤਾ ਨਾ ਜੀ ਅਸੀਂ ਉਹਦੇ ਤੋਂ ਕਿਸੇ ਦੂਜੇ ਨੂੰ ਫਾਇਦਾ ਪਹੁੰਚਾਈਏ ਬਿਲਕੁਲ ਬਿਲਕੁਲ ਹਾਂਜੀ ਜੀ ਨਾਲ ਲੈ ਕੇ ਕਵਰ 'ਚ ਚਲੇ ਜਾਈਏ ਉਹਦਾ ਗਿਆਨ ਦਾ ਫਾਇਦਾ ਕੀ ਹੋਇਆ ਸਾਨੂੰ ਜੀ 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 ਮੇਰਾ ਇੱਕ ਮੇਰੀ ਇਹ ਖੁਆਇਸ਼ ਆ ਭਾਜੀ ਵਾਸਤੇ ਬੜਾ ਥੈਂਕ ਯੂ ਵੈਰੀ ਮੱਚ ਤੁਹਾਡੇ ਟਾਈਮ ਦਾ ਮੈਂ ਕਰੂੰਗਾ ਭਾਜੀ ਤੁਹਾਡੇ ਨਾਲ ਗੱਲ ਵੀ ਠੀਕ ਹੈ ਜੀ ਨਾਈਸ ਟੂ ਸੀ ਯੂ ਭਾਜੀ ਅਗੇਨ ਨਾ ਜੀ ਅਸੀਂ ਸਮਝਦੇ ਤੁਹਾਡੀ ਗੱਲਬਾਤ ਹਾਂਜੀ ਠੀਕ ਠਾਕ ਰਹੋ ਜੀ ਆਪਣੇ ਘਰ ਦੇ ਵਿੱਚ ਤੇ ਵਧਾਈਆਂ ਸਾਡੇ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ
हाँ जी ते कई बार इदा की काउंसलिंग होंगी आ बड़े दुखी बंद काम आ और कई बार असं ये देखते हैं भी जी काउंसलिंग इदा नहीं होंगी भी सिर्फ मुल की काउंसलिंग रह सकते हैं जी थानू फ्री की ज दोस्त मित्र या भैन भरा कोई वधिया कोई गल दस सके ना जिद कोई मतलब हो दुख दरिद्र दूर होंगे हो तकलीफा दूर होंगे हो बंदा मुड़ के उठ के घोड़ा बन जाता है कई बार ब्रेन इन्ना थोड़ा फसया हुंदा तुसीं उहनूं किते बाहर कढ़ नहीं सकदे तुहानूं पता नहीं लगता भी मैं किदां इस प्रॉब्लम दे विचों निकलां कई बार गल उह छोटी जिही हुंदी आ तुहानूं कोई दस देवे तां तुह चुटकी नाल दूर हो जांदी हैगी सो उह दसण दी लोड़ आ भई उह इह इह जिहड़ी काउंसलिंगां इदां दे जिहनां दे रूह दे अंदर होवे भी मैं काउंसलिंग करनी आ उह काउंसलिंग असल विच कहिंदे आ हां जी ते हुण आपां जांदे कॉल वल हैलो जी बहुत छोटी जी सुधा मेनू पूरा नहीं चेता मैं सुनी अपनी भेन को पिंड कराई कानपुरास कहते होंगे जहां गाँव होंगे जिदा मुंडे मुंडे उ मेरा भरा आ गया बिच यादगिरी दसन लगी जे चेता मैं सही कहां याद है ना सारे गा के चले गए मेरी भैन गल्ला करनी कहना याद है ना मेरे भरा का ना जनैल या चीमार जद कहते आए गाँव तो जद इन गाना गाया गाने दे मैं दो टप्पे करनी जद कहनी गाया गाया नहीं मेरी आंदी अख मस मेरी आदि चढ़ी जवानी नू मेरी ऐसी अख मस्तानी नू मैनू छड्ड प्रीतम मैनू छड्ड प्रीतम जामी ना मेरा जीवन खा खरामी ना जी यादगिरी करानी पर मेनू नी पता ना मेरी भैन ने यह गल्ला कहना जरा हसना गल्ला करके भैन भरावां ने जी जी ओह अज इन्हां ने मैं यादगिरी सुनाई आ ओह सुणदे आ चंगा चिर हो गया ਕਿੰਨਾ ਚਿਰ ਹੋ ਗਿਆ ਆਪਰੇਸ਼ਨ ਹੋਏ ਨੂੰ ਮੈਨੂੰ 3.5 ਮਹੀਨੇ ਹੋ ਗਏ ਅੱਛਾ ਜੀ ਠੀਕ ਨਹੀਂ ਹੋਇਆ ਅਜੇ ਨਹੀਂ ਅਜੇ 3-4 ਮਹੀਨੇ ਹੋਰ ਲੱਗ ਜਾਣੇ ਠੀਕ ਹੈ ਜੀ ਅੱਛਾ ਜੀ ਠੀਕ ਹੈ ਕੋਈ ਨਹੀਂ ਚਲੋ ਠੀਕ ਹੋ ਜਾਣਾ ਜੀ ਹਾਂ ਜੀ ਚੰਗਾ ਜੀ ਠੀਕ ਹੈ ਚਲੋ ਠੀਕ ਠਾਕ ਰਹੋ ਜੀ ਤੰਦਰੁਸਤੀ ਦੇਵੇ ਪਰਮਾਤਮਾ ਠੀਕ ਠਾਕ ਰਹੋ ਜੀ ਖੁਸ਼ੀ ਰਹੋ ਠੀਕ ਹੈ ਜੀ बहुत वधिया कॉल आ रही है सगियां और बहुत वधिया गलबात अपने घरां दे विच सारे तंदुरुस्त रहण जी हां जी बहुत वधिया गलबात कीती इन्हां ने और बहुत सारियां कॉलां वधिया वधिया आ रही हैं और सेवा भी बड़ी करदे आ गुरमीत कौर होणी जी जी हां जी गलबात बहुत ही असी हुण मैं ला लैण दे 2-4 मिनट फिर आपां कॉल भी ले लैणी है हां थोड़ी थोड़ी हम रूल तो कहते भी चेंज होने नहीं कोविड के बारे पर साढ़े बोरस साहब ने कहा भी जेड़े ये रूल भावें चेंज नहीं होने तो देखांगे कदों हुंदी गलबात पर इहदा मतलब यह नहीं भी असीं इन्ना अपने आप नूं कर लईए अवेसले भी छड्ड दईए भी ये जिहड़ा वायरस चले गया उन्हें कहा वायरस इत्थे ही आ जाए तो तुसीं इह इट वुड
भी फुली फोली कहें मूर्खता नहीं जानी वरतनी है कहें भी तुम बी ये सही सही जानी ध्यान ना रहना है भी इतने ही है वायरस बाकी कहें भी 11 साल तो उपर वाले हम न्याण स्कूलों जाते हैं उन्होंने जो टेस्ट भी होने शुरू हो जाने इंडिया के भी काफ़ी रौला पै गया बंगाल के अंदर कहें भी स्कूल कॉलेज जोड़े आ वह बंद कर दते गए है और रात को करफ्यू ला दिता उ बड़ा उत्थे स्टाफ भी जो सरकारी स्टाफ आ वह भी काफ़ी घट कर दिता उन्हें भी ये स्प्रैड ना हो गई यदा मतलब कोई ना कोई वाधा हो रहा है गलबात हो रही है तो उत्थे समझ आ जाता भी जो कोविड है ना जी ओमिक्रॉन की एक तीजी लहर जी शायद चल पी हो बाकी के लंडन के बड़िया अज इस साल में खुशियां हुई है बरतानिया के अंदर तकरीबन कहें इतने 1200 तो बाद 1278 1278 लोगों को कहते इतने सन्मानित किया गया जिन्हों 50 लोग तो साढ़े भारत के है जिन्हों ओ बी ई या इदा के अहद्या सन्मानित करते नाइटेड करते है उत्थे उन्हें कहते दविंदर सिंह ढिल्लो जगतार सिंह ढिल्लो मनदीप सोता हरदीप सिंह अटवाल साहब सन्मानित किया गया और इन्हों एक प्रोफेसर है अजय कुमार कक्कड़ साहब जो कि मैंबर ऑफ हाउस ऑफ लॉर्ड है मैंबर है उत्थे दे हाउस ऑफ लॉर्ड के और ब्रिटिश एजुकेशन एक्सपर्ट भी है इन्हों कहते बरतानिया के दूजे सब तो बड़े खिताब नाल सन्मानिया गया है जिहड़ा कि के बी ई सन्मान हुंदा है उहदे नाल गल्लां होर है आपां होर करदे हां कॉल लै ले हैलो जी हेलो जी जय गुरुदेव जय भीम जी धन गुरुदेव जय भीम जी सत्यतु जी स्वागत है थोड़ा बहुत हां जी बहुत सोहना थोड़ा प्रोग्राम चल रहा है थैंक यू पुराना साल जावे तो नवा खुशियां लियावे जी सब नू अज दे दिन ते है ना बधाई होवे नवे साल दी भी सारिआं नू जो तुहाडे प्रो जिन्ने भी अपने आए आ मैं उहदा थोड़ा ही प्रोग्राम सुणिआ मैं बाहरों आई आ ठीक है जी ते जिन्हां दे बर्थडे आ उहनां नू भी बहुत बहुत बधाईआं जी नवे साल दीआं पहुंच गईआं जी हां जी ते मैं दो कलैना नवे साल ते कहनी आ कर दिओ एक मिनट ला अद्धा मिनट लायो ते टाइम अपना हो जाणा नवा साल चाढ़िया जे आया नवा साल चाढ़िया जे आया सब ने खुशियां नाल मनाया अंबर नचे धरती नचे खिड़िया मस्त बहारा होवे अज फुलां दी वरखा बड़ा ही अज बनजारा भंगड़े पाए लकाई नवे साल दी सब नू लख लख होवे बधाई सारी संसार नू लख लख होवे सत्या रतु वालों बधाई तुहानू भी बहुत बहुत बधाईआं देखो जी अगे दुखा भरिया साल जिहड़ा गया आ हुण चंगा चंगा आवे सारिआं लई खुशियां भरिया आवे जी ख्याल आपां रखणा सारिआं ते चंगा हो जाणा सारा तुहाडा सुण लईआं असीं गल्लां बातां ठीक है जी ते सारिआं नू ख्याल रखणा ही पैणा आ हुण इह बिमारी जाणी नहीं इदां ही कहिंदे रहिणी आ वी आप ही ख्याल अपना ही रखणा आ ठीक है थैंक यू जी थैंक यू तुहाडा दुनिया में सब तो घट उम्र सब तो छोटी लेडी सी जिहदी हाइट 2.5 फुट सी 2 फुट 6 इंच सी तकरीबन कह लो बई कोई 72 सेंटीमीटर कहिंदे वे ओह दुनिया में नहीं रहे ओह तुर्की दे सी टर्की जिहनूं आपां कहिंदे आ उस्मानिया शहर दे विच रहिंदे सी ते ओह दुनिया में सब तो घट साइज दे सीगे और उन्हां दा नाम गिनीज बुक ऑफ वर्ल्ड विच कई बार आपां इह कहिंदे आ वी आह बंदा छोटा जे आ बोह आ तां उहदे विच आपां घटां गिणदे रहिंदे आ पर पता उदों लगदा सानूं वी जिहड़े वड्डे वड्डे लोकां नूं वी मात पा के ओह गिनीज बुक ऑफ वर्ल्ड विच उस लेडी दा नाम आया हैगा ओह दुनिया नूं अलविदा कह गए आ जे दुनिया में सब तो बड़ा जड़ा लंबा नौजवान आदमी हैगा या वो 8 फुट 1 इंच हैगा जी ते उन्हां दे नाल उन्हां दे फोटो आए सी हेलो जी हेलो हेलो जी हेलो मैं तरसेम बंगड़ बैजपुर तो बोल रहा भैन जी हां जी स्वागत है अभी जी बड़े चिर बाद आए तुसी हां जी काफी चिर हो गया ठीक ठाक तुहाडा प्रोग्राम बहुत अच्छा जा रहा हां जी ते साडे वल्लों नवे साल दियां वधाइयां पेश करदे हां जी जी थैंक यू हां जी बहुत बहुत बधाई होवे अते होर आज सवित्री बाई फूले जी दा भी जन्मदिन है उहनां नूं भी याद कीता जांदा है ठीक है पूजा जी ने बहुत ही अच्छा एक्सप्लेन कीता है ठीक है थैंक यू जी थैंक यू बंगड़ साहब थैंक यू वेरी मच तुहाडा प्रोग्राम बड़ा है जी बहुत अच्छा जा रहा थैंक्स अ लॉट थैंक यू जी बहुत बहुत ठीक ठाक रहो जी बधाइयां तुहानू भी बहुत बहुत फटाफट एक गल को होर आगे नवे साल दे लई कह दिंदे आ नवा साल 2022 आया जी पिछे की कीता
की कमाया, नवा काम कार शुरू किया जां काम कार वधाया, जां कोई सज्जन मित्र बेली यार बनाया। हुण आपां सज्जन मित्र बेली यार भी बनाउणे आ, हुणे हुणे दो लाइनां लिखियां सी, अगर प्रोग्राम चलदे ते हो गया इस काम सारा। थैंक यू आप सब दा, आपने साथ दित्ता साडा। हां जी तुसीं की कहना चाहुंदे? साडे वल्लों मैं पाउंदी बोली इक, हां जी, राई 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 कांछी टीवी वल्लों सब नूं होवे बधाई, कांछी टीवी वल्लों सब नूं होवे बधाई, राई 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 कांछी टीवी दी परमात्मा करे चढ़ाई, कांछी टीवी दी परमात्मा करे चढ़ाई। चलो जी ये मैं पाती बोली तो तुम हम कर लो जी कहना था जो। हाँ जी साड़िया हूँ गल्लां बातां भी नेड़े चल गई, गल्लां बातां सीगियां, फिर वो जब टाइम थोड़ा हो जाए तो फिर गल्लां बातां पूरियां कंप्लीट फिर वो गल्लां बातां हूँ नहीं करांगे, सैकेंडा का टाइम रह गया जी। और असी कहने भी सारे ठीक ठाक रहन, नवे साल की सब नूं बधाई, और जिन्निया तुसी कॉल जिन्ने सूझमान कॉल रहे वधिया लगते सानू, आया करो अपने गल्लां बातां करिया करो। अस जिद्दां असी पहलां कहा सी भी उम्र वधदी आ, ये भी जरूर वधूगी। हाँ जी गल्लां बातां करन नाल बंदा खुश रहिंदा है जी, अपने तुसी दिल दी गल भी कर लैंदे, ऑफ फेर भी साडे नाल तुसी अपने किसी मन की गलबात कर सकते हैं, जिहदे आपां रल के कोई हल लभ सकते हैं। हाँ जी जिन्ने भी भैण भरा है सारिआं दा असीं बहुत बहुत थैंक यू करते हैं। जे साडे कोलों कोई गलती हो गई तां माफ करना, ते असीं नैक्सट वीक होर कोई प्रोग्राम लैके आवांगे ते सारे रल मिल के साडे नाल कॉल ते गल करिआ करो, ते आपां फिर देखो रल मिल के जे अपने दिमाग कोई गल होवे ते निकल जांदी आ, ते इदां ही आपां फिर नैक्सट वीक कोई प्रोग्राम लैके आवांगे वधिया, ते आपां गलबात करांगे वधिया वधिया। ते तुसीं कर लो जी पहले गलबात, मन दीआं गल्लां करके लाली जड़ जांदी आ जी, ते जून वध जांदी आ, जिंदगी वध जांदी आ, ते आप सब दा सत्कार करदे आ, गुड नाइट।